ਯਾਰ ਜੀ ਸਾਰਿਆਂ ਦਾ ਸਭ ਤੋਂ ਪਹਿਲਾਂ ਤੇ ਆਫਕੋਸ ਤੁਸੀਂ ਮੈਨੂੰ ਡੈਸ ਸਿੱਧੂ ਦੇ ਨਾਂ ਨਾਲ ਜ਼ਿਆਦਾ ਜਾਣੇ ਜਾਣਦੇ ਆ ਪੂਰਾ ਨਾਮ ਮੇਰਾ ਦਿਲਬਾਖ ਸਿੰਘ ਸਿੱਧੂ ਆ ਤੇ ਮੇਰਾ ਜਨਮ ਹੋਇਆ ਜਿਹੜਾ ਨਿੱਕੇ ਜਿਹੇ ਪਿੰਡ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਕਮਾਣਾ ਪਿੰਡ ਸਦਮਾ ਪਿੰਡ ਆ ਕਮਾਣਾ ਦੇ ਚਲੋ ਬਾਅਦ ਚ ਮੂਵ ਹੋਏ ਆ ਹੀ ਆਪਾਂ ਜੋ ਮੈਂ ਅੱਜ ਤੁਹਾਡੇ ਨਾਲ ਸ਼ੇਅਰ ਕਰਨ ਲੱਗਾ ਆ ਇਹ ਇੱਕ ਉਸ ਇਨਸਾਨ ਦੀ ਸਟੋਰੀ ਕਹਿ ਲਓ ਜਾਂ ਉਸ ਬੱਚੇ ਦੀ ਸਟੋਰੀ ਕਹਿ ਲਓ ਤੇ ਜਾਂ ਉਸ ਮੁੰਡੇ ਦੀ ਸਟੋਰੀ ਕਹਿ ਲਓ ਹਾਂ ਤੇ ਚਲੋ ਮੈਂ 28 ਸਾਲਾਂ ਦਾ ਹੋ ਗਿਆ ਇੱਕ ਆਮ ਇਨਸਾਨ ਦੀ ਸਟੋਰੀ ਕਹ ਲਓ ਜਿਹੜਾ ਰੀਜ਼ਨ ਆ ਮੇਰਾ ਇਹਨੂੰ ਸ਼ੇਅਰ ਕਰਨ ਦਾ ਮੈਂ ਚਾਹਨਾ ਵਾਂ ਕਿ ਮੈਨੂੰ ਪਤਾ ਵਾ ਇਹ ਸਭ ਜੋ ਕੁਝ ਮੇਰੇ ਨਾਲ ਹੋਇਆ ਜਾਂ ਮੇਰੀ ਲਾਈਫ ਤੇ ਵਿੱਚ ਹੋਇਆ ਮੈਂ ਕੱਲਾ ਨਹੀਂ ਹਾਂ ਕਾਫੀ ਲੋਕਾਂ ਦੇ ਨਾਲ ਮੁੰਡਿਆਂ ਦੇ ਨਾਲ ਕੁੜੀਆਂ ਦੇ ਨਾਲ ਹਨਾ ਸਿਮਿਲਰ ਸਟੋਰੀ ਜਾਂ ਕਹ ਲਓ ਜਾਂ ਵਾਕਏ ਜਾਂ ਹਾਦਸੇ ਜਾਂ ਜੋ ਵੀ ਤੁਸੀਂ ਕਹਿਣਾ ਚਾਹੋ ਹਨਾ ਉਹ ਹੋਰ ਲੋਕਾਂ ਦੇ ਨਾਲ ਵੀ ਹੋਇਆ ਹੋਗਾ ਤੇ ਮੈਂ ਉਹਨਾਂ ਨੂੰ ਇਹੋ ਹੀ ਦੱਸਣਾ ਚਾਹਨਾ ਵਾਂ ਕਿ ਜੇ ਮੈਂ ਆ ਸਭ ਕੁਝ ਫਾਈਟ ਕਰਕੇ ਸਭ ਕੁਝ ਸੈੱਟ ਤੇ ਰੱਖ ਕੇ ਇੱਥੇ ਤੱਕ ਪਹੁੰਚ ਸਕਦਾ ਵਾਂ ਤੇ ਤੁਸੀਂ ਵੀ ਪਹੁੰਚ ਸਕਦੇ ਜੇ ਨਿੱਕੇ ਜਿਹੇ ਪਿੰਡ 'ਚ ਜਨਮ ਹੋਇਆ ਸੀ ਮੇਰਾ ਮੇਰੀ ਮੰਮੀ ਦਾ ਨਾਮ ਸਰਦਾਰਨੀ ਪਰਮਜੀਤ ਕੌਰ ਸਿੱਧੂ ਉਹਦੀ ਵਜ੍ਹਾ ਕਰਕੇ ਜਿੱਥੇ ਵੀ ਆ ਮੈਂ ਅੱਜ ਲਾਈਫ ਦੇ ਵਿੱਚ ਉਹਦੀ ਵਜ੍ਹਾ ਕਰਕੇ ਆ ਤੇ ਕਾਫੀ ਹਿੱਸਾ ਇਸ ਕਹਾਣੀ ਦਾ ਉਹਦੇ ਨਾਲ ਜੁੜਿਆ ਹੋਇਆ ਨਿੱਕੇ ਹੁੰਨੇ ਆਪਾਂ ਸਿਧਮਾ ਤੋਂ ਕਮਾਣੀ ਪੜਨ ਜਾਈਦਾ ਹੁੰਦਾ ਸਕੂਲੇ ਭਾਰ ਜਿਹੜੀ ਸਾਡੀ ਬੱਸ ਹੀ ਉਹ ਸਿਧਮਾ ਅੱਡੇ ਤੋਂ ਜਾਂਦੀ ਹੁੰਦੀ ਸੀ ਦਾਦੀ ਮੇਰੀ ਵਾਇਗਰੂ ਦਾ ਨਾਮ ਲੈਂਦੀ ਲੈਂਦੀ ਮੈਨੂੰ ਤੇ ਮੇਰੀ ਭੈਣ ਨੂੰ ਅੱਡੇ ਤੱਕ ਛੱਡ ਕੇ ਆਉਂਦੀ ਹੁੰਦੀ ਸੀ ਤੇ ਬਸਤੇ ਪਾਏ ਹੋਣੇ ਭਾਰੇ ਭਾਰੇ ਤੇ બસ ਦੀ ਵੇਟ ਕਰਦੇ ਰਹਿਣਾ ਉੱਥੇ ਖਲੋ ਕੇ ਬੱਸ ਨੇ ਆਉਣਾ ਤੇ ਸਾਨੂੰ ਲੈ ਜਾਣਾ ਸਕੂਲੇ ਫੇਰ ਹੌਲੀ ਹੌਲੀ ਕਰਦਿਆਂ ਲੱਗਾ ਚੱਲ ਨਿਆਣੇ ਥੋੜੇ ਹੁਣ ਵੱਡੇ ਹੋ ਗਏ ਆ 4 5 6 ਸਾਲਾਂ ਦੇ ਤੇ ਆਪੇ ਚੱਲ ਜਣਗੇ ਹਣ ਸਾਡੇ ਤੋਂ ਉਹਨਾਂ ਨੇ ਇੰਟਰਸਟ ਜਗਾ ਕੇ ਸਾਨੂੰ ਕੱਲਿਆਂ ਨੂੰ ਭੇਜਤਾ ਤੇ ਆਪਾਂ ਜਾਣਗੇ ਦੋ ਦਿਨ ਮਰੀ ਬੱਸ ਜੀ ਮਿਸਕਰਾਲੀ ਬਾਜ ਟਾਈਮ ਸਰ ਕਰਨ ਨੂੰ ਆ ਜਣਾ ਸੋਕਤੀ 9:30 ਹੋ ਜਾਈ ਤੇ ਬਾਅਦ ਚ ਉਹਨਾਂ ਨੇ ਸੋਚਿਆ ਕਿ ਕਾਲਾ ਮਾਲਾ ਕਰ ਰਹੇ ਨੇ ਆਨੇ ਕੁਝ ਤੇ ਫਿਰ ਦਾਦੀ ਫੇਰ ਵਿਚਾਰੀ ਨੇ ਛੱਡਣ ਚੱਲ ਜਾਣਾ ਭਾਰ ਥੋੜੇ ਚਿਰ ਬਾਅਦ ਅਮ ਜੇ ਮੈਨੂੰ ਚੇਤਾ ਹੋਵੇ ਤੇ 1999 ਦੇ ਵਿੱਚ ਮੇਰੇ ਜਿਹੜਾ ਮੇਰਾ ਡੈਡੀ ਸੀਗਾ ਤੇ ਮੇਰਾ ਚਾਚਾ ਦੋਵੇਂ ਗਰੀ ਸੀ ਰਹਿੰਦੇ ਸੀ ਨਿੱਕੇ ਹੁੰਦਿਆਂ ਤੋਂ ਹੀ ਉੱਥੇ ਹੀ ਆ ਕਾਫੀ ਮੈਂ ਛੋਟਾ ਸੀ ਜਦੋਂ ਦੇ ਉਹ ਬਾਹਰ ਰਹਿੰਦੇ ਆ ਤੇ ਉਹਨਾਂ ਦੋਵਾਂ ਨੇ ਮਿਲ ਕੇ ਇੱਕ ਮਹਾਨੀ ਪ੍ਰਾਪਰਟੀ ਖਰੀਦੀ ਕਾਰ ਖਰੀਦਿਆ 25 ਮੱਲੇ ਦਾ ਉਦੋਂ ਚੱਲ ਆਪਾਂ ਨਿਆਣੇ ਹੁ ਨਹੀਂ ਮੈਨੂੰ ਇਨੀ ਨੋਲਿਜ ਨਹੀਂ ਪ੍ਰਾਪਰਟੀਆਂ ਦੇ ਬਾਰੇ ਪਰ ਆਫ ਕੋਰਸ ਹਨਾ ਵੱਡੇ ਹੋ ਕੇ ਪਤਾ ਲੱਗ ਜਾਂਦਾ ਕਿ ਕਿਹੜੀ ਥਾਂ ਦੀ ਕੀ ਵੈਲਿਊ ਕੀ ਹਿਸਾਬ ਕਿਤਾਬ ਆ ਮੂਵ ਹੋ ਗਏ ਕਮਾਨੀ 1999 ਦੇ ਵਿੱਚ ਥੋੜੇ ਚਿਰ ਬਾਅਦ ਫਿਰ ਮੇਰੇ ਚਾਚੇ ਦਾ ਵਿਆਹ ਹੋ ਗਿਆ ਚਾਚੇ ਦੀ ਘਰ ਦੀ ਵੀ ਆ ਗਈ ਕੋ ਘਰ ਚ অফਕੋਸ ਨਾ ਟੱਬਰ ਸਾਰੇ ਇਕੱਠੇ ਰਹਿੰਦੇ ਸੀ ਮੇਰਾ ਜਿਹੜਾ ਡੈਡੀ ਅਨਫੋਰਚੂਨੇਟ ਕਹ ਲਓ ਜਾਂ ਉਹਦੀ ਕਿਸਮਤ ਕਹ ਲਓ ਜਾਂ ਉਹਦੀ ਡਿਸੀਜਨ 메ਕਿੰਗ ਕਹ ਲਓ ਜਿਹਦੇ ਬਾਰੇ ਮੈਂ ਕਾਫੀ ਗੱਲ ਕਰਦਾ ਜਿਹੜੀਆਂ ਚੋਇਸਸ ਕਹ ਲਓ ਜਿੱਦਾਂ ਮੈਂ ਹਮੇਸ਼ਾ ਜੇ ਤੁਸੀਂ ਮੈਨੂੰ ਸੋਸ਼ਲ ਮੀਡੀਆ ਤੇ ਫੋਲੋ ਕਰਦੇ ਜੇ ਮੈਂ ਹਮੇਸ਼ਾ ਚੋਇਸਸ ਦੀ ਗੱਲ ਕਰਦਾ ਕਿ ਜਿਹੜੀਆਂ ਚੋਇਸਸ ਆਪਾਂ ਅੱਜ ਲੈਣੇ ਫੈਸਲੇ ਲੈਣੇ ਆ ਉਹ ਤੁਹਾਡਾ ਫਿਊਚਰ ਡਿਸਾਈਡ ਕਰਦੀਆਂ ਤੇ ਮੇਰੇ ਫਾਦਰ ਸਾਹਿਬ ਨੇ ਜਿਹੜੇ ਚੁਆਇਸਸ ਕੁਝ ਲਈਆਂ ਜਾਂ ਡਿਸੀਜਨ ਕੁਝ ਲਏ ਤੇ ਕੁਝ ਉਹਦੀ ਕਿਸਮਤ ਕਹ ਲੋ ਵਰਕਆਊਟ ਨਹੀਂ ਕੀਤੇ ਉਹਦੇ ਲਈ ਇੱਕ ਟਾਈਮ ਤੇ ਕੀਤੇ ਸੀ ਵਰਕਆਊਟ ਹਨਾ ਜ਼ਿੰਦਗੀ ਇਹੋ ਹੀ ਹੈ ਹਨਾ ਜ਼ਿੰਦਗੀ ਕਦੀ ਵੀ ਬੈਲੈਂਸ ਨਹੀਂ ਰਹਿੰਦੀ ਉੱਤੇ ਥੱਲੇ ਹੁੰਦੀ ਰਹਿੰਦੀ ਆ ਪਰ ਜਦੋਂ ਉੱਤੇ ਥੱਲੇ ਹੋਵੇ ਉਦੋਂ ਜਿਹੜੇ ਭਰਾ ਹੁੰਦੇ ਆ ਜਾਂ ਭੈਣਾਂ ਹੁੰਦੀਆਂ ਵਾਂ ਜਾਂ ਜਿਹੜੇ ਤੁਹਾਡੇ ਖਾਸ ਸੱਜਣ ਮਿੱਤਰ ਆ ਉਹ ਤੁਹਾਡੇ ਲਾਗੇ ਖੜਦੇ ਆ ਤੁਸੀਂ ਬਗਾਨੇ ਬੰਦੇ ਤੋਂ ਨਹੀਂ ਆਸਰਾ ਰੱਖ ਸਕਦੇ ਕਿ ਇਹ ਮੈਨੂੰ ਅੱਗੇ ਬਚਾਊਗਾ ਤੇ ਗਾੜੀ ਦੀ ਤੁਹਾਨੂੰ ਗੱਲ ਦੱਸਦਾ ਵਾਂ ਮੈਨੂੰ ਚੇਤਾ ਆ ਇਹੋ ਜਿਹੀਆਂ ਗੱਲਾਂ ਹੁਣ ਨਹੀਂ ਭੁੱਲਦੀਆਂ ਤੇ ਨਾ ਹੀ ਮੈਨੂੰ ਭੁੱਲਣੀਆਂ ਕਦੀ ਇੱਕ ਵਾਰੀ ਮੈਨੂੰ ਚੇਤਾਵਾ ਉਦੋਂ ਮੈਂ ਬਿਲਕੁਲ ਉਦੋਂ ਆਪਾਂ ਸਦਵੀ ਹੀ ਰਹਿਨੇ ਨੂੰ ਨਹੀਂ ਨਿੱਕੇ ਨੂੰ ਨਹੀਂ ਮੈਂ ਬਿਲਕੁਲ ਛੋਟਾ ਸੀਗਾ ਮੈਨੂੰ ਪਤਾ ਆ ਕਿ ਮੇਰਾ ਮੇਰਾ ਚਾਚਾ ਤੇ ਮੇਰਾ ਡੈਡੀ ਆਫ ਕੋਰਸ ਨਾ ਬਾਹਰੋਂ ਆਏ ਸੀ ਤੇ ਬਾਹਰੋਂ ਦਾਰੂ ਦੂਰੂ ਲੈ ਕੇ ਆਏ ਚੰਗੀ ਨਾਲ ਮੇਰਾ ਦਾਦਾ ਵੀ ਬੈਠਾ ਪੈਗ ਪੁੱਗ ਚੱਲਣ ਦੇ ਚੰਗੇ ਤੇ ਮੇਰੇ ਚਾਚੇ ਨੇ ਮੈਨੂੰ ਥੋੜੀ ਜੀ ਗਲਾਸੀ ਚ ਪਾ ਕੇ ਮੈਂ ਪਾਣੀ ਪੀਣਾ ਹੈ ਮੈਨੂੰ ਗਲਾਸੀ ਚ ਚਿੱਟੇ ਰੰਗ ਦੀ ਸ਼ਰਾਬ ਤੇ ਮੈਨੂੰ ਪਾ ਕੇ ਤੇ ਗਲਾਸੀ ਫੜਾਤੀ ਜਦੋਂ ਮੈਨੂੰ 스멜 ਆਈ ਤੇ ਉਹਦੀ ਮੈਂ ਕਿਹਾ ਆ ਪਾਣੀ ਥੋੜੀ ਚਿੱਟੀ ਜਿੰਨ ਹੋਊਗੀ ਆਈ ਡੋਟ ਨੋ ਹੁਣ ਤੇ ਚਲੋ ਵੇਖੀਏ ਸਾਰੀਆਂ ਕੀ ਹਿਸਾਬ ਆ ਪਰ ਮੈਨੂੰ ਨਹੀਂ ਸੀ ਪਤਾ ਤੇ ਮੈਂ ਕਿਹਾ ਆ ਪਾਣੀ ਨਹੀਂ ਆ ਤੇ ਚਾਚਾ ਮੈਨੂੰ ਕਹਿੰਦਾ ਪੀਲਾ ਪੀਲਾ ਤੂੰ ਵੀ ਡੈਡੀ ਵਾਂਗੂ ਸ਼ਰਾਬੀ ਬਣਨਾ ਤੇ ਉਹ ਗੱਲ ਇੱਕ 5 ਸਾਲ ਦੇ ਜਵਾਕ ਨੂੰ ਕਹਿਣੀ ਉਹਦੇ ਮੈਂਟਲ ਹੈਲਥ ਤੇ ਜਾਂ ਉਹਦੇ ਫਿਊਚਰ ਤੇ ਕਹਾਲੋ ਉਹ ਉਹ ਇਹੋ ਜਿਹੀਆਂ ਗੱਲਾਂ ਜਿਹੜੇ ਇਨਸਾਨ ਨੇ ਕਹੀਆਂ ਵਾ ਐਜ਼ ਅ ਐਡਲਟ ਉਹਨੂੰ ਸੋਚਣਾ ਚਾਹੀਦਾ ਵਾ ਕਿ ਇੱਕ ਜਵਾਕ ਨੂੰ 5 ਸਾਲ ਦੇ ਬੱਚੇ ਨੂੰ ਇਹ ਗੱਲ ਕਹਿਣੀ ਉਹਨੇ ਉਹ ਕਿਦਾਂ ਐਕਸੈਪਟ ਕਰੂਗਾ ਉਹ ਚੀਜ਼ ਹੁਣ ਮੈਂ ਅੱਜ 28 ਸਾਲ ਆਂਦਾ ਵਾਂ ਪਰ ਉਦੋਂ ਮੈਂ ਪੰਜਾਂ ਚੌਹਾਂ ਪੰਜਾਂ ਸਾਲਾਂ ਦਾ ਹੋਣਾ ਮੈਨੂੰ ਚੇਤਾ ਨਹੀਂ ਹੈ ਪਰ ਅੱਜ ਤੱਕ ਉਹ ਗੱਲ ਮੇਰੇ ਮਨ ਦੇ ਵਿੱਚ ਹੀ ਆ ਤੇ ਨਹੀਂ ਪੀਂਦਾ ਮੈਂ ਸ਼ਰਾਬ ਕਿਉਂ ਨਹੀਂ ਮੈਂ ਪੀਂਦਾ ਸ਼ਰਾਬ ਮੇਰ ਕੋ ਹੋਣਾ ਨਾ ਹਰ ਇੱਕ ਚੀਜ਼ ਅਵੇਲੇਬਲ ਆ ਇੱਥੇ ਮੈਂ ਨਹੀਂ ਪੀਂਦਾ ਕਿ ਬੱਚੇ ਨੂੰ ਇਹ ਗੱਲ ਨਹੀਂ ਕਹਿਣੀ ਚਾਹੀਦੀ ਸੀ ਤੇ ਉਹ ਗੱਲ ਅਜੇ ਵੀ ਮੈਂ ਪੱਲੇ ਬੰਨੀ ਹੋਈ ਹੈ ਕਿ ਹਾਂ ਯੂ نو ਲੁੱਕ ਐਟ ਮੀ ਨਾ ਨਾ ਮੇਰੇ ਵੱਲ ਵੇਖ ਲਓ ਤੁਸੀਂ ਬਾਅਦ ਦੀ ਗੱਲ ਜਦੋਂ ਆਫ ਕੋਰਸ ਪਿੱਛੇ ਜਾਣਾ ਕਿ ਕਮਾਨੀ ਮੂਵ ਹੋ ਗਿਆ ਆਪਾਂ ਜਿੱਦਾਂ ਮੈਂ ਕਹਿਣਾ ਮੇਰੇ ਡੈਡੀ ਨੇ ਚੋਇਸਿਸ ਡਿਸੀਜਨ ਕਹ ਲਓ ਜਾਂ ਲੱਕ ਕਹ ਲਓ ਉਹਦਾ ਨਹੀਂ ਸੀ ਸਹੀ ਉਹਨੇ ਕੋ ਜੈਸਾ ਉਹਦੇ ਨਾਲ ਵਾਕਿਆ ਹੋਇਆ ਉੱਥੇ ਕਿ ਉਹਨੂੰ ਜੇਲ੍ਹ ਜਾਣਾ ਪਿਆ ਮੋਸਟਲੀ ਜਦੋਂ ਮੇਰੀ ਚਾਈਲਡਹੂਡ ਸੀਗੀ ਤੇ ਮੋਸਟਲੀ ਮੇਰਾ ਡੈਡ ਆਫਕੋਰਸ ਹਨਾ ਬਾਰੀ ਸੀਗਾ ਉਦੋਂ ਇੰਨਾ ਪੰਗਿਆਂ ਚ ਮੇਰੀ ਚਾਈਲਡਹੂਡ ਨੰਗੀ ਜਾਂ ਮੇਰੀ ਮਾਂ ਹੀ ਜਿਹੜੀ ਉਦੋਂ ਹਨਾ ਉਦੋਂ ਮੇਰੇ ਨਾਲ ਸੀਗੀ ਆਫਕੋਰਸ ਮੇਰੀ ਭੈਣ ਸੀਗੀ ਸਾਡੀ ਸਾਡੀ ਫੈਮਿਲੀ ਜਿਹੜੀ ਤਿੰਨਾਂ ਜਾਣਿਆਂ ਦੀ ਮੋਸਟਲੀ ਆਪਾਂ ਇਹ ਸਟਰਗਲ ਚ ਇਹ ਸਟਰਗਲ ਚ ਰਹੇ ਕਿ ਮੇਰਾ ਫਾਦਰ ਜਿਹੜਾ ਉਹ ਹਮੇਸ਼ਾ ਇੰਨਾ ਗੱਲਾਂ ਵਿੱਚ ਘਿਰਿਆ ਹੋਇਆ ਸੀ ਪਰ ਮੇਰੀ ਮਾਂ ਹੀ ਜਿਹੜੀ ਉਹਨੂੰ ਇਹੋ ਲੱਗਦਾ ਸੀ ਕਿ ਇਹਦਾ ਕੋਈ ਸਾਥ ਨਹੀਂ ਦਿੰਦਾ ਤੇ ਮੈਂ ਇਹਦਾ ਹਰ ਪੈਰ ਤੇ ਸਾਥ ਦਵਾ ਇਹਨੂੰ ਇਹ ਪਤਾ ਲੱਗੇ ਕਿ ਮੈਂ ਇਹਦੇ ਨਾਲ ਖੜੀ ਆ ਤੇ ਉਹਨੇ ਹਮੇਸ਼ਾ ਕੋਸ਼ਿਸ਼ ਵੀ ਕੀਤੀ ਕਿ ਜੋ ਵੀ ਉਹਦੇ ਹੱਥ-ਵੱਸ ਸੀਗਾ ਕਿ ਉਹ ਡੈਡੀ ਲਈ ਕਰ ਸਕੇ ਤੇ ਇੱਕ ਟਾਈਮ ਆਖਰੀ ਵਾਰ ਮੈਨੂੰ ਚੇਤਾ ਆ ਕਿ ਜਦੋਂ ਡੈਡੀ ਜੇਲ੍ਹ ਸੀਗਾ ਜਿਹੜੀ ਪ੍ਰਾਪਰਟੀ ਅਸੀਂ ਇਕੱਠਿਆਂ ਨੇ ਮੇਰੇ ਡੈਡੀ ਨੇ ਤੇ ਮੇਰੇ ਚਾਚੇ ਨੇ ਇਕੱਠਿਆਂ ਨੇ ਲਈ ਸੀ 25 ਕ ਮਰਲੇ ਦੀ ਥਾਂ ਹੋਣੀ ਉੱਤੇ ਘਰ ਸੀਗਾ ਬਹੁਤ ਸੋਹਣਾ 1999 2000 ਸਾਲ ਦੀ ਇਹ ਗੱਲ ਆ ਤੇ ਉਦੋਂ ਮੇਰੇ ਹਿਸਾਬ ਦੇ ਨਾਲ ਪਤਾ ਨਹੀਂ ਉਦੋਂ ਮਰਲਾ ਕਿੰਨੇ ਦਾ ਹੁੰਦਾ ਸੀ ਕਾਫੀ ਵੱਡਾ ਸੀ ਘਰ ਐਜ਼ ਆ ਯੂ ਨੋ ਇੱਕ ਬੱਚੇ ਦੇ ਲਈ 25 ਮੰਨ ਲੈ ਇਦਾਂ ਲੱਗਦਾ ਸੀ ਕਿ ਪਹਿਲੀ ਹੁੰਦੀ ਪੂਰੀ ਆਲਮੋਸਟ ਕਿਉਂਕਿ ਤੁਹੀਂ ਭੱਜੇ ਫਿਰਨਾ ਹਣਾ ਵਿਹੜਾ ਖੁੱਲਾ ਬੈਕਯਾਰਡ ਜਾ ਖੁੱਲਾ ਜਿੱਥੇ ਮੱਝਾਂ-ਬੱਝਾਂ ਰੱਖੀਆਂ ਹੁੰਦੀਆਂ ਸੀ ਫਿਰ ਅੱਗੇ ਹੁਣ ਜਿਹੜੀ ਮੈਂ ਗੱਲ ਦੱਸਣ ਜਾਣ ਲੱਗਾ ਹਾਂ ਇਹ ਗੱਲ ਨੇ ਮੇਰੀ ਜ਼ਿੰਦਗੀ ਇੱਕਦਮ ਪਲਟ ਦਿੱਤੀ ਮੇਰਾ ਬਚਪਨ ਮੇਰੇ ਤੋਂ ਖੋ ਲਿਆ ਸੀ ਇਹ ਚੀਜ਼ ਨੇ ਮੇਰਾ ਮੇਰੀ ਭੈਣ ਦਾ ਬਚਪਨ ਖੋ ਲਿਆ ਸੀ ਮੇਰੀ ਮਾਂ ਜਿਹੜੀ ਉਹਨੂੰ ਡਿਪਰੈਸ਼ਨ ਚਪਾਤਾ ਇਹ ਚੀਜ਼ ਨੇ ਉਹਨੂੰ એપਿਸੋਡਿਕ ਡਿਪਰੈਸ਼ਨ ਹੋਣ ਲੱਗ ਪਿਆ ਹੀ ਰੇਜ ਹੋ ਜਾਂਦੀ ਬੰਦੇ ਨੂੰ ਕਦੀ ਕਦੀ ਕੀ ਹੋ ਕੀ ਗਿਆ ਮੇਰ ਨਾਲ ਹਣਾ ਕਿਉਂਕਿ ਜਦੋਂ ਤੁਸੀਂ ਕਿਸੇ ਦਾ ਮਾੜਾ ਨਹੀਂ ਕੀਤਾ ਹੁੰਦਾ ਹਣਾ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਇੱਕ ਜਿਹੜੀ ਹਾਊਸ ਵਾਈਫ ਆ ਆਪਣਾ 90% ਜਿਹੜਾ ਉਹਦਾ ਟਾਈਮ ਹੁੰਦਾ ਨਾ ਉਹ ਆਪਣੇ ਨਿਆਣਿਆਂ ਨੂੰ ਨਰਚਰ ਕਰਨ ਤੇ ਬਤੋਂਦੀ ਆ ਹਰ ਇੱਕ ਦੀ ਮਾਂ ਇਦਾਂ ਹੀ ਕਰਦੀ ਆ ਪਰ ਇਹ ਆ ਕਿ ਜਦੋਂ ਆ ਸਾਰੀਆਂ ਗੱਲਾਂ ਹੋ ਗਈਆਂ ਮੇਰੀ ਮੰਮੀ ਨੂੰ ਸਮਝ ਨਹੀਂ ਆ ਗਈ ਬੰਨ ਕਿ ਡਾ ਕੀ ਹੋਇਆ ਕਿ ਚਾਚੇ ਮੇਰੇ ਨੇ ਮੰਮੀ ਨੂੰ ਕਿਹਾ ਕਿ ਮੈਂ ਮੇਰੇ ਮੇਰੇ ਡੈਡੀ ਦੀ ਬੇਲ ਕਰਾ ਦੇਣਾ ਵਾ ਪਰ ਮੈਂ ਜਿਹੜਾ ਤੁਸੀਂ ਘਰ ਸਾਡੇ ਨਾਲ ਜੁਆਇੰਟ ਲਿਆਵਾ ਇਹ ਮੇਰਾ ਮੇਰੇ ਨਾਂ ਕਰ ਦੋ ਘਰ ਵੀ ਤੇ ਥਾਂ ਵੀ ਮੈਂ ਉੱਥੇ ਸਿਗਨੇਚਰ ਕਰ ਦਿੰਦਾ ਵਾ ਉੱਥੇ ਖਰਚਾ ਬੜਾ ਲੱਗ ਜਾਣਾ ਹੁਣ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਮੈਂ ਵੀ ਦੱਸ ਦੇਣਾ ਚਾਹੁੰਦਾ ਵਾਂ ਕਿ ਮੈਂ ਨਿਊਜ਼ੀਲੈਂਡ ਪੁਲਿਸ ਦੇ ਵਿੱਚ ਹੁਣ ਮੈਨੂੰ ਵੀ ਪਤਾ ਕੀ ਚਸਾਬ ਆ ਕੀ ਕਿਦਾਂ ਵਕੀਲ ਚੱਲਦੇ ਆ ਕਿਦਾਂ ਪੁਲਸ ਦੀ ਕਾਰਵਾਈ ਹੁੰਦੀ ਆ ਕਿੱਥੇ ਸਾਈਨ ਕਰਈਦੇ ਆ ਕਿੱਥੇ ਕਾਗਜ਼ ਦੇਣੇ ਪੈਂਦੇ ਆ ਕਿੱਥੇ ਪੈਸੇ ਦੇਣੇ ਪੈਂਦੇ ਆ ਹਨਾ ਨਿਊਜ਼ੀਲੈਂਡ ਵੀ ਕੁਈਨ ਦੇ ਅੰਡਰ ਆ ਯੂਰਪ ਵੀ ਕੁਈਨ ਦੇ ਅੰਡਰ ਆ ਉਦੋਂ ਮੇਰਾ ਘਰ ਕਹ ਲਓ ਜਾਂ ਮੇਰੇ ਡੈਡੀ ਮੰਮੀ ਦਾ ਘਰ ਕਹ ਲਓ ਉਹ ਸਾਡੇ ਕੋ ਖੋਹ ਲਿਆ ਗਿਆ ਸੀ ਉਹ ਤੁਹਾਨੂੰ ਕੋਈ ਮੈਨੂੰ ਡਿਸਕਲੋਜ਼ਰ ਅੱਜ ਤੱਕ ਨਹੀਂ ਮਿਲਿਆ ਨਾ ਮੇਰੀ ਮਾਂ ਨੂੰ ਮਿਲਿਆ ਨਾ ਹੀ ਮੇਰੇ ਪਿਓ ਨੂੰ ਮਿਲਿਆ ਕੀ ਕੀ ਖਰਚਾ ਹੋਇਆ ਉਹ ਬਸ ਇਦਾਂ ਹੀ ਗੱਲਾਂ ਗੱਲਾਂ ਦੇ ਵਿੱਚ ਸਾਰਾ ਘਰ ਲੈ ਲਿਆ ਗਿਆ ਇਹ ਗੱਲ ਹੈ ਤੇ ਹੁਣ ਮੰਮੀ ਨੂੰ ਉਦੋਂ ਇਹ ਲੱਗਦਾ ਹੁੰਦਾ ਹੈ ਕਿ ਚਲੋ ਕੋਈ ਨਹੀਂ ਡੈਡੀ ਛੱਡ ਜੂਗਾ ਤੇ ਆਪਾਂ ਹੋਰ ਘਰ ਬਣਾ ਲਾਂਗੇ ਪਰ ਸਰਕਮਸਟੈਂਸਸ ਇਦਾਂ ਦੇ ਬਣ ਗਏ ਕਿ ਜਾਂ ਅੱਗੇ ਵੀ ਜਿੱਦਾਂ ਮੈਂ ਕਹਿਣਾਂ ਕਿ ਡੈਡੀ ਦਾ ਲੱਕ ਕਹਿ ਲਓ ਜਾਂ ਉਹਦੀਆਂ ਚੁਆਇਸਸ ਤੇ ਆਫ ਕੋਰਸ ਹੁਣ ਤੇ ਚਲੋ ਮੈਂ ਆਪ ਹੀ ਹਨਾ ਵੱਡਾ ਹੋ ਗਿਆ ਹਾਂ ਪਰ ਉਦੋਂ ਦੇ ਹਿਸਾਬ ਦੇ ਨਾਲ ਫੈਸਲੇ ਕਹਿ ਲਓ ਹਾਂ ਕੁਝ ਵੀ ਕਹਿ ਲਓ ਨਹੀਂ ਉਹਨੂੰ ਸਹੀ ਲੱਗੇ ਪਰ ਹੁਣ ਐਜ਼ ਅ ਜੇ ਮਹਿਰਾਜ ਕੋਈ ਭਰਾ ਹੋਵੇ ਮੈਂ ਉਹਨੂੰ ਜੋ ਤੇ ਮੜਾ ਟਾਈਮ ਚੱਲ ਰਿਹਾ ਹੋਵੇ ਤੇ ਮੈਂ ਉਹਦੇ ਨਿਆਣਿਆਂ ਨੂੰ ਜਾਂ ਉਹਦੀ ਘਰ ਦੀ ਨੂੰ ਘਰੋਂ ਬਾਹਰ ਨਹੀਂ ਮੈਂ ਕੱਢ ਦੂੰਗਾ ਘਰ ਤੇ ਲਖਾ ਲਿਆ ਬਾਅਦ ਚ ਮੈਨੂੰ ਉਹ ਦਿਨ ਅਗੇਨ ਨਹੀਂ ਚੇਤਾ ਭੁੱਲਦਾ ਹੁਣ ਜੋ ਵੀ ਮੈਨੂੰ ਬੜੇ ਲੋਕੀ ਪੁੱਛਦੇ ਮੋਟੀਵੇਸ਼ਨ ਕਿੱਥੋਂ ਆਉਂਦੀ ਮੋਟੀਵੇਸ਼ਨ ਮੇ ਮੋਟੀਵੇਸ਼ਨ ਮੈਨੂੰ ਓਨਲੀ ਉਹ ਮਾਂ ਤੋਂ ਜਿਨੇ ਓਦਣ ਮੈਨੂੰ ਜਵਾਬ ਦਿੱਤਾ ਜਿਹਦਾ ਦਿਲ ਕਿੱਡਾ ਸਟਰੋਂਗ ਹੋਊਗਾ ਕਿ ਇੱਕ ਨਿਕਾਜਾ ਬੱਚਾ ਮੈਂ 11-12 ਸਾਲਾਂ ਦਾ ਹੋਣਾ ਮੈਂ ਸਕੂਲੋਂ ਬੈਗ ਪਾਇਆ ਸੀ ਮੋੜ ਤੇ ਇਹ ਬਾਅਦ ਦੀ ਗੱਲ ਆ ਜਦੋਂ ਆਫਕੋਰਸ ਨਾ ਘਰ ਘੁਰ ਲਿਖਿਆ ਗਿਆ ਠੀਕ ਆ ਜੀ ਕੋਈ ਗੱਲ ਨਹੀਂ ਘਰ ਤੇ ਲਿਖਾ ਲਿਆ ਵਾ ਥੋੜੇ 15 ਵੀ ਦੇਣੀ ਪਈ ਹੋਣੇ ਆ ਤੇ ਮੈਂ ਸਕੂਲੋਂ ਵਾਪਸ ਆਇਆ ਤਿੰਨ ਕ ਵਜੇ ਦੁਪਹਿਰਾਂ ਦਾ ਟਾਈਮ ਤੁਰ ਕੇ ਜਾਈਦਾ ਸਕੂਲੇ ਤੁਰ ਕੇ ਕਮਾਣੀ ਲੱਗ ਗਈ ਸਕੂਲ ਮੈਂ ਘਰ ਨੂੰ ਆਪ ਸੌਣ ਦੇ ਗਾੜੀ ਵੇਖਿਆ ਕਿ ਹੁਣ ਇੱਕ ਬੱਚੇ ਨੂੰ ਥੋੜੀ ਪਤਾ ਕਿ ਆ ਘਰ ਕੀ ਦਾ ਵਾ ਉਹਦੇ ਲਈ ਤੇ ਇਹ ਘਰ ਉਹਦਾ ਹੀ ਆ ਭਾਵੇਂ ਪੇਪਰਾਂ ਤੇ ਸਾਈਨ ਕਰ ਦਿੱਤਾ ਗਿਆ ਕਿਸੇ ਹੋਰ ਦੇ ਨਾ ਮੈਂ ਵੇਖਿਆ ਆ ਕੇ ਕਿ ਘਰ ਤੇ ਮਿਸਤਰੀ ਲੱਗੇ ਹੋਏ ਆ ਤੇ ਘਰ ਟੱਟ ਰਿਹਾ ਆਲਮੋਸਟ 40% ਘਾਟਟ ਚੁੱਕਾ ਸੀ ਮੈਂ ਤੁਰਿਆ ਹੋਣਿਆ ਸੀ ਤੇ ਮੰਮੀ ਮੇਰੀ ਨੰਬ ਹੋਈ ਖਲੋਤੀ ਬ੍ਰੋ ਉਹ ਫੇਸ ਮੈਨੂੰ ਆਪਣੀ ਜ਼ਿੰਦਗੀ ਚ ਕਦੀ ਨਹੀਂ ਭੁੱਲਣਾ ਆਪਣੀ ਮਾਂ ਦਾ ਕਿਉਂਕਿ ਉਹ ਦਿਨ ਨਹੀਂ ਜਦੋਂ ਉਹਦੀ ਉਹਦੀ ਲਾਈਫ ਬਿਲਕੁਲ ਫਲਿੱਪ ਕਰਤੀ ਗਈ ਸੀ ਸਪੈਸ਼ਲੀ ਜਿਹੜੇ ਜਿਹੜੇ ਵੀ ਆਫਕੋਰਸ ਜਿਨ੍ਹਾਂ ਨੇ ਨਾਲ ਕੀਤੀ ਪਰ ਮੇਰੇ ਚਾਚੇ ਦਾ ਆਫਕੋਰਸ ਹੈ ਨਾ ਮੇਨ ਰੋਲ ਆ ਉਹਨੇ ਜੇਲ੍ਹ ਚ ਬੈਠੇ ਮੇਰੇ ਪਿਓ ਤੋਂ ਕਾਗਜ਼ਾਂ ਤੇ ਪ੍ਰੋਪਰਟੀ ਦੇ ਸਾਈਨ ਕਰਵਾਏ ਕਿ ਮੇਰੇ ਨਾਂ ਕਰਦੇ ਹਾਂ ਫਿਰ ਮੈਂ ਤੇਰੇ ਗਾਰੰਟੀ ਭਰ ਦਿੰਨਾ ਜਾਂ ਸਾਈਨ ਕਰ ਦਿੰਨਾ ਕਿ ਹਾਂ ਤੂੰ ਤੇਰਾ ਬੇਲ ਐਡਰੈਸ ਮੇਰਾ ਮੇਰੇ ਮੇਰੇ ਘਰ ਰਹਿ ਸਕਦਾ ਤੂੰ ਮੈਂ ਆਪਣੀ ਮਾਂ ਵਾਲ ਵੇਖਿਆ ਤੇ ਮੈਂ ਉਹਨੂੰ ਪੁੱਛਿਆ ਹੀ ਆਉਂਦਿਆਂ ਹੀ ਹੁਣ ਜੇ ਮੈਨੂੰ ਉਹ ਨਹੀਂ ਏਕਲ ਹੁੰਦੀ ਮੈਂ ਉਹਨੂੰ ਨਹੀਂ ਪੁੱਛਣਾ ਭਰ ਨਹੀਂ ਸੀ ਨਾ ਹੈਗੀ ਅਕਲ ਕਿਉਂਕਿ ਮੈਂ ਜਵਾਕ ਹੀ ਮੈਂ ਉਹਨੂੰ ਆਗੇ ਪੁੱਛਿਆ ਕਿ ਮੰਮੀ ਆ ਘਰ ਤੇ ਠੱਣ ਨੇ ਹੋਣਾ ਆਪਾਂ ਕਿੱਥੇ ਰਹਿਣਾ ਹੁਣ ਮੈਂ ਉਹ ਸੋਚ ਕੇ ਮੈਂ ਆਪਣੇ ਆਪ ਨੂੰ ਕਦੀ ਸੋਚਦਾ ਨਾ ਮੈਨੂੰ ਨਹੀਂ ਸੀ ਪੁੱਛਣਾ ਚਾਹੀਦਾ ਉਹ ਵਿਚਾਰੀ ਤੇ ਆਲਰੇਡੀ ਕਿਹੋ ਜੀ ਸਿਚੁਏਸ਼ਨ ਚ ਗੁਜਰਨ ਦੇ ਹੀ ਕਿ ਜਿੰਨੂੰ ਆਪ ਨੂੰ ਨਹੀਂ ਪਤਾ ਕਿ ਮੈਂ ਆਪਣੇ ਨਿਆਣੇ ਨੂੰ ਲੈ ਕੇ ਕਿੱਥੇ ਜਾਣਾ ਵਾ ਜਿਹਦੇ ਦੋ ਨਿਆਣੇ ਹੋਣ ਮੇਰਾ ਡੈਡੀ ਥੋੜੇ ਚਿਰ ਜੋ ਜੇਲ੍ਹ ਤੋਂ ਬਾਅਦ ਬਾਹਰ ਆ ਗਿਆ ਸੀ ਉਹਦਾ ਐਕਸੀਡੈਂਟ ਹੋ ਗਿਆ ਉਹਦੀ ਲੱਤ ਟੁੱਟ ਗਈ ਸੀ ਤੇ ਉਹ ਹਸਪੀਟਲ ਚ ਰਿਹਾ 6 ਮਹੀਨੇ ਰੀਹੈਬ ਹਨਾ ਕੋਈ ਇਨਕਮ ਦਾ ਸੋਰਸ ਨਹੀਂ ਉਸ ਟਾਈਮ ਜਦਨ ਆਪਾਂ ਜਦਨ ਘਰ ਟੱਠੰਡਿਆ ਸੀ ਕੋਈ ਫਿਊਚਰ ਦੀ ਪਲੈਨਿੰਗ ਨਹੀਂ ਸੀ ਕੋਈ ਕੁਝ ਨਹੀਂ ਸੀ ਤੇ ਜਦੋਂ ਮੈਂ ਪੁੱਛਿਆ ਆਪਣੀ ਮਾਂ ਨੂੰ ਕਿ ਮੰਮੀ ਕਿੱਥੇ ਆਪਾਂ ਕਿੱਥੇ ਰਹਿਣਾ ਹੋਣ ਹਣਾ ਇੱਕ ਬੱਚੇ ਦੇ ਮਨ ਚ ਕਿਊਰੀਅਸ ਹੁੰਦਾ ਨਿਆਣਿਆਂ ਦਾ ਮਾਈਂਡ ਮੰਮੀ ਨੇ ਕੁਝ ਨਹੀਂ ਕਿਹਾ ਉਹਦਾ ਜੇਰਾ ਵੇਖੋ ਕਿ ਉਹਨੇ ਉਦੋਂ ਵੀ ਮੇਰੇ ਵੱਲ ਵੇਖ ਕੇ ਬਿਨਾ ਇੱਕ ਅਥਰੂ ਸੁੱਟੇ ਮੈਨੂੰ ਕਹਿੰਦੀ ਇੱਥੇ ਨਹੀਂ ਰਹਿਣਾ ਆਪਾਂ ਹੁਣ ਕਦੀ ਕਦੀ ਹਾਸਾ ਵੀ ਆ ਜਾਂਦਾ ਕਿ ਆਫ ਕੋਰਸ ਇੱਥੇ ਨਹੀਂ ਰਹਿਣਾ ਮੰਮੀ ਇਹ ਘਰ ਦੇ ਟਟਣ ਡਿਆ ਵਾ ਇੱਥੇ ਕਿੱਦਾਂ ਰਹਿ ਲਾਂਗੇ ਹੁਣ ਨਹੀਂ ਰਹਿ ਸਕਦੇ ਫੇਰ ਇੱਕ ਗਲੀ ਛੱਡ ਕੇ ਹੀ ਸਾਡੇ ਲਈ ਕਹਿ ਲਓ ਕਿਰਾਏ ਦੇ ਘਰ ਲੱਭਿਆ ਗਿਆ ਸੀ ਘਰ ਨਹੀਂ ਸੀ ਇੱਕ ਕਮਰਾ ਸੀ ਚਾਈਲਡਹੂਡ ਹੀ ਜਿਹੜੀ ਓ ਮੇਰੀ ਔਦਣੀ ਕਹ ਲਓ ਕਿ ਮੈਂ ਔਦਣੀ 22 ਸਾਲ ਲੰਨਾ ਹੋ ਗਿਆ ਸੀ ਜਦਨ ਮੈਂ ਮੇਰੀ ਭੈਣ ਤੇ ਮੇਰੀ ਮਾਂ ਜਿੰਨੂੰ ਆਪਾਂ ਆਪਣਾ ਘਰ ਕਿਹਾ ਸੀ ਉਤੋਂ ਉਹਦੇ ਵੱਲ ਪੇਠ ਕਰਕੇ ਤੇ ਦੂਜੇ ਦੂਜੇ ਜਿਹੜੇ ਕਮਰਾ ਕਹ ਲਓ ਘਰ ਨਹੀਂ ਜਿੱਦਾਂ ਮੈਂ ਕਿਹਾ ਕਮਰਾ ਜਿਹੜਾ ਨਵਾਂ ਲੱਭਿਆ ਸੀ ਉਧਰ ਨੂੰ ਜਾ ਰਹੇ ਹਾਂ ਆਪਾਂ ਉਹ ਸੀਨ ਉਹ ਸੀਨ ਕਹ ਲਓ ਜਾਂ ਉਹ ਪਿਕਚਰ ਕਹ ਲਓ ਮੇਰੇ ਮਾਨਦੇ ਵਿੱਚ ਇੰਨੀ ਡੂੰਗੀ ਖੁਨੀ ਹੋਈ ਹੈ ਕਹ ਲਓ ਕਿ ਜਦਨ ਮੈਨੂੰ ਲੱਗੇ ਨਾ ਕਿ ਅੱਜ ਮੈਂ ਆ ਕੰਮ ਨਹੀਂ ਕਰਨਾ ਉਹ ਫੋਟੋ ਮੇਰੀ ਅੱਖਾਂ ਸਾਹਮਣੇ ਆ ਜਾਂਦੀ ਕਿ ਮੇਰੀ ਮਾਂ ਮੇਰੀ ਭੈਣ ਤੇ ਆਪਾਂ ਤਿੰਨੇ ਜਣੇ ਉਹ ਘਰ ਤੋਂ ਦੂਜੇ ਪਾਸੇ ਨੂੰ ਤੁਰੇ ਜਾਂਦੇ ਆ ਜੇ ਮੇਰੇ ਕੋਲ ਟਾਈਮ ਮਸ਼ੀਨ ਹੋਵੇ ਤੇ ਮੈਂ ਵਾਪਸ ਜਾ ਕੇ ਉਸ ਸਮੇਂ ਦੇ ਵਿੱਚ ਇੱਕ ਵਾਰੀ ਉਹ ਮਾਂ ਨੂੰ ਜੱਫੀ ਪਾ ਕੇ ਕਹਾਂ ਲਾਂ ਕਿ ਤੂੰ ਇੱਕ ਦਿਨ ਵੇਖੇਂਗੀ ਆਪਣੇ ਪੁੱਤ ਨੂੰ ਕਿ ਇਹਨੇ ਕੀ ਕਰਤਾ ਤੇ ਸੇਮ ਕਿ ਮੈਂ ਆਪਣੇ ਆਪਣੇ 12 ਸਾਲ ਦੇ version ਨੂੰ ਹਨਾ 12 ਸਾਲ ਦਾ ਜਿਹੜਾ ਜਵਾਕ ਹੀ ਮੈਂ ਜਦੋਂ ਉਹਨੂੰ ਵੀ ਜਾ ਕੇ ਕਹਿਣਾ ਚਾਹੁੰਨਾ ਕਿ ਸਭ ਕੁਝ ਠੀਕ ਹੋ ਜਾਊਗਾ ਬਸ ਇਹ ਹੈ ਕਿ ਮੇਰੀ ਮਾਂ ਦੀ ਸਟਰੈਂਥ ਸੀ ਜਿਹੜੀ ਉਹ ਉਦਣ ਵੀ ਮੇਰੇ ਨਾਲ ਹੀ ਤੇ ਉਹ ਅੱਜ ਵੀ ਮੇਰੇ ਨਾਲ ਹੀ ਆ ਉਹਨੂੰ ਮੈਂ ਉਹ ਦਿਨ ਉਹ ਦਿਨ ਤੋਂ ਮੈਂ ਸੋਚ ਲਿਆ ਸੀ ਕਿ ਮੰਮੀ ਤੇਰੇ ਲਈ ਮੈਂ ਇਹੋ ਜਿਹਾ ਕੁਝ ਕਰੂੰਗਾ ਕਿ ਤੂੰ ਤੈਨੂੰ ਪ੍ਰਾਊਡ ਹੋਗਾ ਮੇਰੇ ਤੇ ਨਾ ਕੋਈ ਮੇਰਾ ਅਜ ਤੱਕ ਪਿੰਡ ਦੇ ਵਿੱਚ ਲਾਮਾ ਨਹੀਂ ਆਇਆ ਮੇਰਾ ਕੋਈ ਨਾ ਕਦੀ ਮੈਂ ਇਹ ਨਹੀਂ ਸੋਚਿਆ ਕਿ ਨਸ਼ੇ ਕਰ ਲਓ ਜਾਂ दारू ਪੀ ਲਓ ਹਨਾ ਮੰਮੀ ਨੇ ਹਮੇਸ਼ਾ ਹੀ ਮੈਨੂੰ ਇਹ ਫ੍ਰੀडम ਦੇ ਕੇ ਰੱਖੀ ਕਿ ਜੋ ਮਰ ਜੀ ਗਰ ਕੋਈ ਗੱਲ ਨਹੀਂ ਪਰ ਮਨ ਦੇ ਵਿੱਚ ਬੈਕ ਆਫ ਮਾਈ ਹੈਡ ਭਾਵੇਂ ਮੈਂ ਇੱਕ 12-13 ਸਾਲ ਦਾ ਨਿਆਣਾ ਸੀਗਾ ਮਨ ਦੇ ਵਿੱਚ ਮੇਰੇ ਹਮੇਸ਼ਾ ਇਹੋ ਹੀ ਸੀ ਕਿ ਮੇਰੀ ਮੰਮੀ ਨੇ ਆਲਰੇਡੀ ਇਨੀ ਸਟਰਗਲ ਕਾਂਢੀ ਉਹ ਮੇਰੇ ਜੋ ਵੀ ਸਿਚੁਏਸ਼ਨ ਚੱਲ ਰਹੀ ਹੈ ਨਾ ਇਹਨੂੰ ਮੇਰੇ ਕਰਕੇ ਕੋਈ ਦੁੱਖ ਨਾ ਹੋਵੇ ਇਹਨੂੰ ਮੇਰੇ ਕਰਕੇ ਕੋਈ ਲਾਮਾ ਨਾ ਹੋਵੇ ਇਹਨੂੰ ਮੇਰੇ ਕਰਕੇ ਹੋਰ ਪੀੜ ਨਾ ਸਹਿਣੀ ਪਵੇ ਕਿਸੇ ਵੀ ਚੀਜ਼ ਦੀ ਚਾਈਲਡਹੂਡ ਤੇ ਫਿਰ ਤੁਹਾਡੀ ਉਦੋਂ ਕੰਪਰੋਮਾਈਜ਼ ਹੋ ਗਈ ਨਾ ਜਦੋਂ ਤੁਸੀਂ ਹਰ ਕਦਮ ਨਿੱਕੇ ਹੁੰਦਿਆਂ ਤੁਸੀਂ ਇੰਨੇ ਪ੍ਰੀਕਾਸ਼ਨ ਦੇ ਨਾਲ ਲੈਣਾ ਵਾ ਕਿ ਕੋਈ ਇਹੋ ਜਿਹਾ ਕੰਮ ਨਾ ਹੋ ਜਾਏ ਮੇਰੇ ਕੋਲ ਗਲਤੀ ਦੇ ਨਾਲ ਵੀ ਕਿ ਮੇਰੀ ਮਾਂ ਤੇ ਕੋਈ ਕਹਿ ਦੇ ਕਿ ਤੇਰੇ ਮੁੰਡੇ ਨੇ ਇਦਾਂ ਕਰਤਾ ਉਦੋਂ ਤੋਂ ਹੀ ਚਾਈਲਡਹੂਡ ਮੈਂ ਮਤਲਬ ਤੂੰ ਹੀ ਕਹਿ ਨਹੀਂ ਸਕਦੇ ਕਿ ਮੈਂ ਚਾਈਲਡ ਸੀਗਾ 12 13 ਸਾਲ ਦੇ ਇੱਕ ਜਵਾਕ ਨੂੰ 22 23 ਸਾਲਾਂ ਦੇ ਮੁੰਡੇ ਚ ਕਨਵਰਟ ਕਰ ਦਿੱਤਾ ਹੀ ਉਹ ਮੋਮੈਂਟ ਨੇ ਹੁਣ ਆਫਕੋਰਸ ਮੈਨੂੰ ਲੋਕੀ ਕਹਿੰਦੇ ਆ ਕਿ ਕਿੱਦਾਂ ਕਰਤਾ ਇਦਾਂ ਕੋਸ਼ ਮੇਰਾ ਜਿਹੜਾ ਮਾਈਂਡਸੈਟ ਆ ਉਹ ਕਿੱਥੋਂ ਹੁੰਦਾ ਵਾ ਮੇਰੀ ਮੋਟੀਵੇਸ਼ਨ ਕਿੱਥੋਂ ਆਉਂਦੀ ਆ ਮੇਰੇ ਥੋਟਸ ਆ ਜਿਹੜੇ ਉਹ ਕਿੱਥੋਂ ਹੁੰਦੇ ਆ ਇਹ ਸਾਰਾ ਕੁਝ A to Z ਜੋ ਵੀ ਮੈਂ ਹੈਗਾ ਮੈਂ ਆਪਣੀ ਮਾਂ ਨੂੰ ਹਮੇਸ਼ਾ ਇਹੋ ਹੀ ਉਹਨੂੰ ਦੱਸਣਾ ਚਾਹਿਆ ਕਿ ਜਿਹੜਾ ਬੀਜ ਤੂੰ ਇੱਕ ਦਿਨ ਬੋਇਆ ਸੀ ਉਹ ਹੁਣ ਇੱਕ ਵੱਡਾ ਰੁੱਖ ਬਣ ਚੁੱਕਾ ਵਾ ਮੈਂ ਵੀ ਚਾਹੁੰਦਾ ਕਿ ਮੈਂ ਲੋਕਾਂ ਦੀ ਵੀ ਹੈਲਪ ਕਰਾਂ ਕਿਉਂਕਿ ਮੇਰਾ ਜਿਹੜਾ ਮਕਸਦ ਹੈ ਉਹ ਚਲੋ ਮੈਂ ਉਤੋਂ ਸਟਾਰਟ ਕਰ ਦਿੰਦਾ ਕਿ ਆਫ ਕੋਰਸ ਨਾ ਸਾਰੇ ਜਾਣੇ 2010 11 ਦੀ ਗੱਲ ਆ ਪੜ ਕੇ ਸਾਰੇ ਉਦੋਂ ਆਲ ਸੌਲਸ ਦਾ ਕਾਫੀ ਜਮਾਨਾ ਹੀ ਹੁਣ ਵੀ ਹੋਣਾ ਹੀ ਹੈ ਮੇਰੇ ਹਿਸਾਬ ਨਾਲ ਲੋਕੀ ਜਾਂਦੇ ਹੀ ਆ ਬਾਹਰ ਜਿੱਦਾਂ ਮਰਜੀ ਥੈਟ ਦੀ ਇਨਕਮ ਜਿਹੜੀ ਸੀਗੀ ਕਹਿ ਲਓ ਕਿ ਉਹ ਨਹੀਂ ਸੀ ਮਤਲਬ ਐਜ਼ ਐਜ਼ ਅ ਫਾਦਰ ਉਹ ਆਪਣਾ ਰੋਲ ਨਹੀਂ ਨਿਭਾ ਪਾਇਆ ਸਪੈਸ਼ਲੀ ਬਾਹਰ ਗੱਲ ਹੋ ਰਿਆ ਪੰਜਾਬ ਦੇ ਵਿੱਚ ਐਜ਼ ਅ ਐਜ਼ ਅ ਫਾਦਰ ਨਹੀਂ ਨਹੀਂ ਕਰ ਸਕਿਆ ਮੇਰੀ ਮਾਂ ਹੀ ਮੇਰੇ ਲਈ ਮੇਰਾ ਪਿਓ ਸੀ ਉਤੋਂ ਹੀ ਮੈਂ ਹਨਾ ਸਾਰੀਆਂ ਵੈਲਿਊਜ਼ ਸਿੱਖੀਆਂ ਕਿਉਂਕਿ ਇੱਕ ਬੱਚੇ ਦੇ ਲਈ ਸਪੈਸ਼ਲੀ ਮੁੰਡੇ ਦੇ ਲਈ ਜਿਹੜਾ ਪਿਓ ਹੁੰਦਾ ਉਹ ਐਵੇਂ ਥੋੜੀ ਕਹਿੰਦੇ ਕਿ ਜਿਹੜਾ ਫਾਦਰ ਹੁੰਦਾ ਉਹ ਤੁਹਾਡਾ ਹੀਰੋ ਹੁੰਦਾ ਹੈ ਇਸ ਹਿਸਾਬ ਦਾ ਪਰ ਮੇਰੀ ਮੇਰੀ ਕਹਾਣੀ ਦੇ ਵਿੱਚ ਜਾਂ ਮੇਰੀ ਜ਼ਿੰਦਗੀ ਦੇ ਵਿੱਚ ਜੋ ਵੀ ਮੇਰੇ ਡੈਡ ਦੀਆਂ ਕੁਆਲਿਟੀਆਂ ਕਹ ਲਓ ਮੈਂ ਉਹਨਾਂ ਤੋਂ ਬਿਲਕੁਲ ਉਲਟਿਆ ਕਿਉਂਕਿ ਪਹਿਲੀ ਗੱਲ ਤੇ ਮੈਂ ਉਹਨਾਂ ਨਾਲ ਸਮਾਂ ਨਹੀਂ ਸਪੈਂਡ ਕਰ ਪਾਇਆ ਨਹੀਂ ਮੌਕਾ ਮਿਲ ਪਾਇਆ ਕਿ ਮੈਂ ਉਹਨਾਂ ਟਾਈਮ ਸਪੈਂਡ ਕਰ ਸਕਾਂ ਹੁਣ ਤੇ ਚਲੋ ਹੁਣ ਮੈਂ ਵੱਡਾ ਹੋ ਗਿਆ ਹੁਣ ਟਾਈਮ ਹੀ ਨਹੀਂ ਹੈਗਾ ਕਿ ਤੇ ਕੁਝ ਗੱਲਾਂ ਐਸੀਆਂ ਵੀ ਹੋਈਆਂ ਸਾਡੇ ਦੋਵਾਂ ਦੇ ਵਿੱਚ ਕਿ ਨਹੀਂ ਆਪਾਂ ਹਨਾ ਮਿਲ ਪਏ ਇੱਕ ਦੂਜੇ ਨੂੰ ਪੂਰੇ ਜਦੋਂ ਦੀ ਮੈਂ ਹੌਸ ਹੌਸ਼ ਸੰਭਾਲੀ ਆ ਉਹਨੂੰ ਮੇਬੀ ਦੋਵਰੀ ਦੋਵਰੀ ਇੰਡੀਆ ਆਇਆ ਮੇਰੀ ਹੌਸ ਤੇ ਵਿੱਚ ਜਦੋਂ ਮੈਂ ਹੌਸ ਸੰਭਾਲੀ ਫੇਰ ਤੇ ਚਲੋ ਮੈਂ ਬਾਹਰ ਆ ਗਿਆ ਸੀ 2011 ਦੀ ਗੱਲ ਆ ਮੈਂ ਆਲਸ ਕਰ ਲਈ ਸੀ ਕੰਪਲੀਟ ਹਨਾ ਤੇ ਪੈਪ ਹੋਿਆਂ ਦਾ ਚੱਕਰ ਪੈਂਦਾ ਸੀ ਫੇਰ ਉਦੋਂ ਕਿ ਪਹਿਗੇ ਤੋਂ ਆਉਣਗੇ ਹਨਾ ਮੈਨੂੰ ਬਾਹਰ ਭੇਜਣ ਲਈ ਤੇ ਜਿਹੜੀ ਮੇਰੇ ਨਾਲ ਪਹਿਲੀ ਹੁੰਦੀ ਫਿਰ ਉੱਚੋਂ ਥੋੜੀ ਪੈਲੀ ਵੇਚ ਕੇ ਪੈਸਿਆਂ ਦਾ ਕੀਤਾ حسابਤਾ ਮਮੀ ਨੇ ਫੇਰ ਉਦੋਂ ਬਿਠਾ ਕੇ ਇੱਕੋ ਗੱਲ ਕਹੀ ਕਿ ਪੁੱਤ ਘਰ ਤੇ ਨਹੀਂ ਰਿਹਾ ਤੇ ਹੁਣ ਪੈਲੀ ਚੋਂ ਵੀ ਆਪਾਂ ਹਨਾ ਇੱਕ ਟੋਕ ਵੱਡ ਲਿਆ ਧਿਆਨ ਨਾ ਚੱਲੀ ਮੇਰਾ ਪੁੱਤ ਉਹ ਗੱਲ ਫੇਰ ਜਿਹੜੀਆਂ ਦੋ ਤਿੰਨ ਗੱਲਾਂ ਮੇਰੇ ਦਿਮਾਗ ਚ ਆਲਰੇਡੀ ਹਨਾ ਪਹਿਲਾਂ ਤੋਂ ਬੈਠੀਆਂ ਇਹ ਵੀ ਗੱਲ ਮੇਰੇ ਮਨ ਚ ਬੈ ਗਈ ਕਿ ਕੁਝ ਕਰਨਾ ਜਦੋਂ ਮੈਂ ਬਾਹਰ ਆ ਗਿਆ ਹਨਾ ਕੁਝ ਕਰਨਾ ਆ ਤੇ ਕੁਝ ਕਰਨਾ ਆ ਕਿ ਮੇਰੀ ਮਾਂ ਨੂੰ ਇਹ ਨਾ ਲੱਗੇ ਕਿ ਆ ਸਭ ਕੁਝ ਮੈਂ ਆਪਣੇ ਪੁੱਤ ਲਈ ਕੀਤਾ ਵਾ ਐਂਡ ਤੇ ਹਨਾ ਕੁਝ ਪ੍ਰਾਪਤ ਨਹੀਂ ਹੋਇਆ ਜਾਂ ਕੈਲੋ ਕੀ ਫਰੂਟ ਹੁੰਦਾ ਜਿਹੜਾ ਹਨਾ ਕਿਉਂਕਿ ਆਫ ਕੋਰਸ ਜਿਹੜੀਆਂ ਮਾਵਾਂ ਹੁੰਦੀਆਂ ਉਹਨਾਂ ਨੇ ਆਪਣੇ ਪੁੱਤ ਨੂੰ ਵਾਧਾ ਫੁੱਲਦਾ ਉਹਨਾਂ ਨੂੰ ਵਧੀਆ ਲੱਗਦਾ ਕੋਈ ਕੋਈ ਭਾਵੇਂ ਉਹ ਗੱਲ ਕੀ ਭਾਵੇਂ ਨਿਆਣਾ ਪਾਸ ਹੋ ਕੇ ਘਰ ਨੂੰ ਆ ਜੇ ਨਾ ਭਾਵੇਂ ਲਾਸਟ ਵਾਲੀ ਪੋਜੀਸ਼ਨ ਆ ਜੇ ਤੇ ਮਾਂ ਨੂੰ ਉਨੀ ਖੁਸ਼ੀ ਹੁੰਦੀ ਜਿੰਨਾ ਬੰਦਾ ਪਹਿਲੇ ਨੰਬਰ ਤੇ ਹੁੰਦਾ ਵਾ ਤੇ ਉਹ ਹੀ ਗੱਲ ਹੁੰਦੀ ਕਿ ਮਾਵਾਂ ਇਹੋ ਚਾਹੁੰਦੀਆਂ ਹੋਏ ਕਿ ਸਾਡਾ ਨਿਆਣਾ ਜਿਹੜਾ ਸਾਡਾ ਬੱਚਾ ਆ ਉਹ ਸਕਸੈਸਫੁਲ ਹੋਵੇ ਉਹ ਹੀ ਤੁਸੀਂ ਇਹ ਪਰ ਵਾਲੀ ਫੋਟੋ ਮੇਰੀ ਵੇਖੀ ਹੋਣੀ ਜਿਹੜੀ ਮੈਂ ਪਾਈ ਹੋਈ ਆ ਉਹ ਦਿਨ ਗਿਆ ਤੇ ਆਦਨ ਆਇਆ ਉਹਦੇ ਵਿੱਚ ਵੀ ਫਿਰ 2011 ਦਸੰਬਰ ਦੇ ਵਿੱਚ ਮੈਂ ਨਿਊਜ਼ੀਲੈਂਡ ਗਿਆ ਤੇ ਮੈਨੂੰ ਚੇਤਾ ਕਿ ਮੈਂ ਪੜਦਾ ਹੁੰਨਾ ਸੀ ਤੇ ਨਾਲ-ਨਾਲ ਮੈਕਡੋਨਲਡਸ ਮੈਂ ਤਿੰਨ ਗਮਿਨੇ ਮੈਨੂੰ ਲੱਗੇ ਸੀ ਵੀ ਸੁਵੀ ਵਨ ਡੇ ਚੰਗੇ ਰੱਖ ਕੇ ਵਖਰੀਆਂ ਵਖਨੇ ਦਕਾਨਾਂ ਤੋਂ ਉਹਨਾਂ ਦੇ ਤੇ ਉਦੋਂ ਇੰਨੀ ਅੰਗਰੇਜ਼ੀ ਅੰਗਰੇਜ਼ੀ ਨਹੀਂ ਸੀ ਉੰਦੀ ਹੁੰਦੀ ਹਣਾ ਪੰਜਾਬ ਚ ਸਕੂਲੇ ਪੜ੍ਹੇ ਆ ਤੇ ਮੈਕਡੋਨਲਡਸ ਕੰਮ ਕੀਤਾ ਤੇ ਐ ਸੀਗਾ ਕਿ ਘਰਦਿਆਂ ਨੂੰ ਥੋੜੀ ਮੰਮੀ ਨੂੰ ਥੋੜੀ ਹੋ ਗਿਆ ਕਿ ਹਾਂ ਹੁਣ ਹਣਾ ਉਹਨਾਂ ਨੂੰ ਕੀ ਪਤਾ ਕਿ ਇੱਥੇ ਕੀ ਕੰਮ ਆ ਕੀ ਨਹੀਂ ਉਹਨਾਂ ਨੂੰ ਇਹਨਾਂ ਦੱਸਦਾ ਕਿ ਹਾਂ ਮੈ ਕੰਮ ਮਿਲ ਗਿਆ ਤੇ ਮੰਮੀ ਇਨੇ ਜੀ ਖੁਸ਼ ਉਹਨੂੰ ਥੋੜਾ ਹਣਾ ਥੋੜਾ ਸੁੱਖ ਦਾ ਸਾਹ ਆਇਆ ਕਿ ਹਾਂ ਹੁਣ ਆਪਣੀ ਜਿਹੜੀ ਕੀ ਉਹਨਾਂ ਦੇ ਫਾਈਨੈਂਸ਼ੀਅਲ ਸਿਚੁਏਸ਼ਨ ਆ ਓ ਚੇਂਜ ਹੋ ਜੂਗੀ ਹੌਲੀ ਹੌਲੀ ਫਿਰ ਪਰ ਉਹਨੇ ਮੈਨੂੰ ਇੱਕ ਅਜਿਹੀ ਪ੍ਰੈਸ਼ਰ ਨਹੀਂ ਕੀਤਾ ਕਿ ਹਾਂ ਆ ਕਰਦੇ ਇਹ ਕਰਦੇ ਉਹਨੇ ਉਹ ਕਿਹਾ ਹਮੇਸ਼ਾ ਮੈਨੂੰ ਕਿ ਆਪਣੇ ਆਪ ਤੇ ਆਪਣੇ ਕੈਰੀਅਰ ਤੇ ਫੋਕਸ ਕਰ ਜੋ ਤੂੰ ਕਰਨਾ ਚਾਹੁੰਦਾ ਵਾ ਉਹ ਕਰ ਕਿਉਂਕਿ ਜਿਹੜੀ ਜ਼ਿੰਦਗੀ ਆ ਆ ਟਾਈਮ ਜਿਹੜਾ ਸਮਾਂ ਲੰਘ ਗਿਆ ਇਹ ਦੁਬਾਰਾ ਨਹੀਂ ਹੋਣਾ ਇਹ ਤੇਰਾ ਪੜਨ ਦਾ ਸਮਾਂ ਆ ਇਹ ਤੇਰਾ ਗਰੋਹ ਹੁੰਦਾ ਸਮਾਂ ਉਹਦਾ ਉਹਦੀਆਂ ਉਹ ਇਹੋ ਉਹਦਾ ਸਭ ਤੋਂ ਵੱਡਾ ਮੈਂ ਇਹੋ ਕਹਿਣਾ ਚਾਹਾਂਗਾ ਕਿ ਜਿਹੜਾ ਉਹਦਾ ਮਾਈਂਡਸੈਟ ਸੀਗਾ ਉਹ ਇਹੋ ਜਿਹਾ ਪਿੰਡਾਂ 'ਚ ਰਹਿ ਕੇ ਵੀ ਇਹੋ ਜਿਹਾ ਮਾਈਂਡਸੈਟ ਠੀਕ ਹੈ ਜਿਹੜਾ ਮੈਨੂੰ ਮੈਂ ਅੱਜ ਤੱਕ ਕੋਈ ਫੀਮੇਲ ਕਹਿੰਨ ਨੂੰ ਨੋ ਆਫੈਂਸ ਟੂ ਐਨੀਵਨ ਕਿ ਮੈਨੂੰ ਉਹੋ ਜਿਹਾ ਮਾਈਂਡਸੈਟ ਵਾਲੀ ਫੀਮੇਲ ਮੈਂ ਅੱਜ ਤੱਕ ਵੇਖੀ ਨਹੀਂ ਆਪਣੀ ਜ਼ਿੰਦਗੀ ਦੇ ਵਿੱਚ ਕਿ ਉੱਥੇ ਪੰਜਾਬ ਦੇ ਵਿੱਚ ਰਹਿ ਕੇ ਵੀ ਇੱਕ ਨਿੱਕੇ ਜਿਹੇ ਪਿੰਡ 'ਚ ਉਹਦਾ ਜਨਮ ਹੋਇਆ ਉੱਥੋਂ ਉੱਠ ਕੇ ਉਹਨੇ ਇਹੋ ਜਿਹਾ ਮੈਨੂੰ ਇਹੋ ਜਿਹੇ ਵੈਲਿਊਜ਼ ਉਹਨੇ ਦੇਤੀਆਂ ਕਿ ਮੈਨੂੰ ਬਹੁਤ ਉਹਨੇ ਇੱਕ ਤਰ੍ਹਾਂ ਦਾ ਕਹਾਂ ਲਾ ਕਿ ਸਟਰੋਂਗ ਕੈਲਾ ਜਾਂ 멘ਟਲੀ ਸਟਰੋਂਗ ਕੈਲਾ ਬਣਾ ਕੇ ਮੈਨੂੰ ਜਦੋਂ ਇੱਕ ਪ੍ਰੋਡਕਟ ਹੁਣਾ ਜਦੋਂ ਹਨਾ ਕੋਈ ਵੀ ਬਣਾ ਕੇ ਪੇਸ਼ ਕਰਦਾ ਵਾ ਤੇ ਮੈਨੂੰ ਉਹਨੇ ਇਹੋ ਜਿਹਾ ਇੱਕ ਪ੍ਰੋਡਕਟ ਬਣਾ ਕੇ ਪੇਸ਼ ਕਰਤਾ ਕਿ ਮੈਂ ਇੰਨਾ ਕੁ ਵਰਕ ਕਰਨਾ ਸ਼ੁਰੂ ਕਰਤਾ ਆਪਣੇ ਆਪ ਤੇ ਕਿ ਮੈਂ ਚਾਹੁੰਨਾ ਹੈ ਕਿ ਮੇਰੀ ਮਾਂ ਇੱਕ ਵਾਰੀ ਜੋ ਉਹਨੇ ਪ੍ਰੋਡਕਟ ਬਣਾਇਆ ਉਹ ਵੇਖ ਕੇ ਇੱਕ ਵਾਰੀ ਖੁਸ਼ ਹੋਵੇ ਉਹਨੂੰ ਪ੍ਰਾਊਡ ਫੀਲ ਹੋਵੇ ਹੌਲੀ ਹੌਲੀ ਇਦਾਂ ਹੀ ਕਰਦੇ ਆ ਕਰਦੇ ਆ ਕਮ ਕਮ ਹਨਾ ਪੜਾਈਆਂ ਪੜ੍ਹੀਆਂ ਖਤਮ ਹੋ ਗਈਆਂ ਪਾਸਪੂਸ ਹੋ ਗਏ ਤੇ ਕੰਮ ਵਕਰੀਆਂ ਵਕਰੀਆਂ ਜਗਾਂ ਦੇ ਕਰ ਲਏ ਤੇ ਮੈਨੂੰ ਚੇਤਾ ਵਾ ਫਿਰ ਜਿਹੜਾ ਅਗਲਾ ਵੱਡਾ ਮੋੜ ਸੀਗਾ ਜ਼ਿੰਦਗੀ ਦੇ ਵਿੱਚ ਉਦੋਂ ਮੈਂ ਬੀਪੀ ਕੰਮ ਕਰਦਾ ਹੁੰਨਾ ਹਾਂ ਗੈਸ ਸਟੇਸ਼ਨ ਆਫਕੋਰਸ ਉਥੇ ਮੈਂ ਕਾਫੀ ਬਣਾਉਣਾ ਨਹੀਂ ਉਥੇ ਪੁਲਿਸ ਵਾਲੇ ਕਾਫੀ ਹੁੰਦੇ ਹੁੰਦੇ ਸੀ ਮੇਰੇ ਮਨ ਚ ਇਹ ਹੋਈ ਕਿ ਇੱਕ ਛੋਟਾ ਜਿਹਾ ਬੱਚਾ 5 ਸਾਲ ਦਾ ਬੱਚਾ ਜਿਹੜਾ ਉਹਨੂੰ ਜਦੋਂ ਆ ਤਾਨਾ ਵੱਜਾ ਹੋਵੇ ਕਿ ਉਹ ਪੀਲਾ ਪੀਲਾ ਸ਼ਰਾਬ ਤੂੰ ਵੀ ਡੈਡੀ ਵਾਂਗੂ ਸ਼ਰਾਬ ਹੀ ਪੀਣੀ ਆ ਜੇ ਉਹ ਪੁਲਿਸ ਚ ਹੋ ਜੇ ਨਿਊਜ਼ੀਲੈਂਡ ਆ ਕੇ ਸਟੂਡੈਂਟ ਵੀਜ਼ੇ ਤੋਂ ਤੇ ਉਹਦੀ ਮਾਂ ਨੂੰ ਕਿੰਨਾ ਪ੍ਰਾਊਡ ਫੀਲ ਹੋਊਗਾ ਉਹਦੋਂ ਤੋਂ ਮੈਂ ਸੋਚ ਲਿਆ ਕਿ ਭਾਵੇਂ ਮੈਨੂੰ 3 ਸਾਲ ਲੱਗ ਜਾਣ ਭਾਵੇਂ 4 ਸਾਲ ਲੱਗ ਜਾਣ ਆ ਮੈਂ ਕਰਨਾ ਚਾਹੁੰਦਾ ਵਾਂ ਜਿੱਦਨ ਮੈਂ ਯੂਨੀਫਾਰਮ ਪਾਊਂਗਾ ਮੇਰੀ ਮਾਂ ਨੂੰ ਵੇਖ ਕੇ ਲੱਗੂਗਾ ਕਿ ਹਾਂ ਜਿਹੜੇ ਬੂਟੇ ਨੂੰ ਮੈਂ ਪਾਣੀ ਲਾਉਂਦੀ ਰਹੀ ਇਨਾ ਚਿਰ ਭਾਵੇਂ ਹਨਾ ਜਿੱਦਾਂ ਦੇ ਵੀ ਸਿਚੁਏਸ਼ਨ ਹੀ ਜੋ ਵੀ ਸਰਕਮਸਟੈਂਸਸ ਸੀਗੇ ਮੈਂ ਗਿਵ ਅਪ ਨਹੀਂ ਕੀਤਾ ਤੇ ਹਾਂ ਆ ਮੈਨੂੰ ਅੱਜ ਉਹਦਾ ਫਲ ਮਿਲ ਰਿਹਾ ਉਦੋਂ ਤਾਂ ਮੈਂ ਸੋਚ ਲਿਆ ਬਸ ਫਿਰ ਆਫਕੋਰ ਮਾਂ ਦੀਆਂ ਦਵਾਵਾਂ ਨਾਲ ਸਭ ਕੁਝ ਹੌਲੀ-ਹੌਲੀ ਕੀ ਉਹਨਾਂ ਨੇ ਆ ਪੱਕਾ ਵੀ ਹੋ ਗਿਆ ਮੈਂ ਤੇ ਬਾਅਦ ਵਿੱਚ ਥੋੜਾ ਜਿਹਾ ਜੀਬੀਆਈਫਾਈ ਕੰਮ ਕੀਤਾ ਮੈਂ ਤੇ ਭਾਰ ਉਦੋਂ ਵੀ ਸੇਮ ਸਿਚੁਏਸ਼ਨ ਸੀਗੀ ਕਿ ਡੈਡੀ ਜਿਹੜਾ ਉਹ ਅਗੇਨ ਉਦੋਂ ਵੀ ਚਲੋ ਉਦੋਂ ਫਾਈਨੈਂਸ਼ੀਅਲੀ ਸਿਚੁਏਸ਼ਨ ਠੀਕ ਸੀ ਹਨਾ ਉਦੋਂ ਹੁਣ ਮੈਂ ਕੰਮ ਕਰਦਾ ਹਾਂ ਫੁੱਲ ਟਾਈਮ ਸਭ ਵਧੀਆ ਹੀ ਪਰ ਜਿਹੜਾ ਇੱਕ ਪਿਓ ਆ ਜਾਂ ਐਜ਼ ਅ ਐਜ਼ ਅ ਪਾਰਟਨਰ ਉਹ ਆਪਣੀ ਹਨਾ ਵਾਈਫ ਨੂੰ ਸਮਾਂ ਨਹੀਂ ਦੇ ਪਾਇਆ ਉਦੋਂ ਵੀ ਮੈਨੂੰ ਯਾਦ ਨਹੀਂ ਹੁਣ ਉਦੋਂ ਵੀ ਉਹ ਗਰੀਸੀ ਸੀਗਾ ਬਾਅਦ ਵਿੱਚ ਥੋੜੇ ਚਿਰ ਆਫਕੋਰਸ ਮੰਮੀ ਮੈਨ ਨਾਲ ਰਹੀ ਥੋੜਾ ਚਿਰ ਹਨਾ ਆਸਟ੍ਰੇਲੀਆ ਵੀ ਰਹੀ ਆ ਮੇਰੀ ਸਿਸਟਰ ਦੇ ਨਾਲ ਜਦੋਂ ਸਭ ਕੁਝ ਜੀਬੀਆਈ ਫਾਇਤੋਂ ਮੈਂ ਕੰਮ ਛੱਡ ਕੇ ਪੁਲਿਸ ਦੀ ਸਿਲੈਕਸ਼ਨ ਕਲੀਅਰ ਕਰ ਲਈ ਸੀ 2018 ਦੇ ਵਿੱਚ 2018 ਮੈਨੂੰ 1 ਸਾਲ ਲੱਗ ਗਿਆ ਸਾਰਾ ਕੁਝ ਟੈਸਟਿੰਗ ਇੰਟਰਵਿਊਜ਼ ਫਿਜ਼ੀਕਲ ਟੈਸਟ ਵਗੈਰਾ ਸਭ ਕੁਝ ਕਰਦੇ ਕਰਦੇ ਆ ਤੇ 2018 April ਦੇ ਵਿੱਚ ਮੈਂ ਪੁਲਿਸ ਕਾਲਜ ਜੁਆਇਨ ਕੀਤਾ ਹੀ ਤੇ ਉਦੋਂ ਉਦੋਂ ਪਹਿਲਾਂ ਮੰਮੀ ਮੇਰੇ ਨਾਲ ਹੀ ਰਹਿ ਰਹੀ ਸੀ ਫਿਰ ਆਫਕੋਰਸ ਮੈਨੂੰ ਪੁਲਿਸ ਕਾਲਜ ਜਦੋਂ ਮੈਂ ਜਾਣਾ ਪਿਆ ਫਿਰ ਮੰਮੀ ਨੂੰ ਇੰਡੀਆ ਜਾਣਾ ਪਿਆ ਉਸ ਤੋਂ ਬਾਅਦ ਗ੍ਰੈਜੂਏਸ਼ਨ ਹੋਈ ਮੇਰੀ ਜੁਲਾਈ ਦੇ ਵਿੱਚ ਅਨਫੋਰਚਨਟਲੀ अगेन ਕਿ ਮੰਮੀ ਪ੍ਰੈਜ਼ెంట్ ਨਹੀਂ ਸੀ ਪਰ ਉਹਨੇ ਹਨਾ ਫੋਟੋਆਂ ਫੋਟੋਆਂ ਵੇਖੀਆਂ ਨੂੰ ਬੜਾ ਪ੍ਰਾਊਡ ਫੀਲ ਹੋਇਆ ਸਾਰਿਆਂ ਨੂੰ ਪ੍ਰਾਊਡ ਫੀਲ ਹੋਇਆ ਬ੍ਰੋ ਨਾਲੇ ਜਿਹੜੇ ਕਦੀ ਨਿੱਕੇ ਹੁੰਦੇ ਆ ਮੇਰੇ ਵੱਲ ਵੇਖ ਕੇ ਕਹਿੰਦੇ ਹੁੰਦੇ ਆ ਇਹਨਾਂ ਦਾ ਕੋਈ ਬੰਨ੍ਹ ਸਕਦਾ ਕਿਉਂਗੇ ਹੁਣ ਜਦੋਂ ਜੇ ਕੋਈ ਮੈਨੂੰ ਮਿਲਦਾ ਵਾ ਹਨਾ ਭਾਵੇਂ ਮੇਰੇ ਤੋਂ ਛੋਟਾ ਭਾਵੇਂ ਵੱਡਾ ਉਹਨੂੰ ਮੈਂ ਓਨੀ ਹੀ ਰਿਸਪੈਕਟ ਨਾਲ ਬੁਲਾਉਣਾ ਵਾ ਕਿਉਂਕਿ ਮੈਂ ਕਹੋ ਜੀ ਜਗਾ ਤੋਂ ਨਿਕਲੇ ਆਵਾ ਯਾ ਕਹ ਲੋ ਕਿ ਹੌ ਜੇ ਹਾਲਾਤਾਂ ਚੋਂ ਨਿਕਲੇ ਆਵਾ ਕਿ ਮੈਨੂੰ ਇਹ ਫਰਕ ਨਹੀਂ ਪੈਂਦਾ ਕਿ ਤੁਹਾਡੇ ਕੋ ਕਿੰਨੇ ਪੈਸੇ ਆ ਜਾਂ ਤੁਹਾਡੇ ਕੋ ਘੱਟ ਪੈਸੇ ਆ ਜਾਂ ਤੁਹਾਡੇ ਕੋ ਇੱਕ ਵੱਡਾ ਘਰ ਆ ਜਾਂ ਤੁਸੀਂ ਇੱਕ ਕਮਰੇ 'ਚ ਰਹਿੰਦੇ ਕਿਉਂਕਿ ਮੈਂ ਆਪ ਖੁਦ ਮੇਰਾ ਬਚਪਨ ਇੱਕ ਨਿੱਕੇ ਜਿਹੇ ਕਮਰੇ 'ਚ ਗੁਜ਼ਰਿਆ ਪਰ ਅੱਜ ਦੇ ਡੇਢ ਵੱਡੇ ਘਰ ਵੀ ਹੈਗੇ ਮੈਂ ਬਚਪਨ 'ਚ ਕੀ ਨੂੰ ਆਂਦੇ ਬਸਾਂ 'ਚ ੱਤਕੇ ਵੀ ਖਾਦੇ ਆ ਹਰ ਇੱਕ ਪੰਜਾਬ ਦੇ ਵਿੱਚ ਕਾਫੀ ਲੋਕ ਕਾਫੀ ਮੁੰਡੇ ਹੋਣਗੇ ਜਿਹੜੇ ਇਹ ਚੀਜ਼ਾਂ ਨਾਲ ਰਿਲੇਟ ਕਰ ਸਕਦੇ ਆ ਕਿਉਂਕਿ ਉੱਥੇ ਹਰ ਇੱਕ ਦੀ ਕੀ ਕਿਹਾਲੋਕੀ ਖੁਸ਼ੀ ਨਹੀਂ ਹੁੰਦੀ ਕਿ ਤੁਹਾਡੇ ਕੋ ਬੋਲਟ ਹੀ ਹੋਵੇ ਜਾਂ ਗੱਡੀ ਹੀ ਹੋਵੇ ਜਦੋਂ ਵੀ ਕੋਈ ਮੈਨੂੰ ਇਨਸਾਨ ਮਿਲਦਾ ਆ ਮੈਂ ਉਹਨੂੰ ਉਨੀ ਹੀ ਰਿਸਪੈਕਟ ਨਾਲ ਬੁਲਾਉਣਾ ਵਾ ਜਿੰਨੀ ਰਿਸਪੈਕਟ ਨਾਲ ਮੈਂ ਮੈਨੂੰ ਇਹ ਮਤਲਬ ਨਹੀਂ ਆ ਨਾ ਇਹ ਕਦੀ ਹੋਊਗਾ ਕਿ ਉਹਦੀਆਂ ਫਾਈਨੈਂਸਸ ਕਿੱਦਾਂ ਦੀਆਂ ਉਹਦਾ ਘਰ ਕਿਹੜਾ ਆ ਜਾਂ ਉਹਦੀ ਗੱਡੀ ਕਿਹੜੀ ਆ ਕਿਉਂਕਿ ਮੈਂ ਆਪ ਖੋ ਦੇ ਹਾਂ ਜਾਂ ਹਾਲਾਤਾਂ ਚ ਕਹ ਲੋ ਜਾਂ ਇਹੋ ਜੀ ਥਾਂ ਤੋਂ ਨਿਕਲੇ ਆ ਜਾਂ ਕਹ ਲੋ ਕਿ ਸਰਕਮਸਟੈਂਸਸ ਐ ਹੋ ਜਿਹੀ ਕਿ ਮੇਰ ਕੋ ਖੋਦੋ ਚੀਜ਼ਾਂ ਨਹੀਂ ਸੀ ਹੈਗੀਆਂ ਜਦੋਂ ਇਸ ਲਈ ਜਿਹੜਾ ਵਿਖਾਵਾ ਕਹਿ ਲੋ ਹਨਾ ਹੁਣ ਮੈਂ ਇੱਕ ਵੀਡੀਓ ਦੇ ਵਿੱਚ ਗੱਲ ਕੀਤੀ ਸੀ ਕਿ ਜਿਹੜੀ ਮੇਰੀ ਜਨਰੇਸ਼ਨ ਆ ਉਹਨੂੰ ਵਿਖਾਵੇ ਦਾ ਬੜਾ ਸ਼ੌਂਕ ਆ ਵਧੀਆ ਗੱਲ ਆ ਕਿ ਜੇ ਤੁਸੀਂ ਅਫੋਰਡ ਕਰ ਸਕਦੇ ਸਭ ਕੁਝ ਵਧੀਆ ਗੱਲ ਆ ਪਰ ਇਹ ਨਾ ਸੋਚੋ ਕਿ ਆਪਾਂ ਵਖਾਉਣ ਲਈ ਲੈਣਾ ਵਾ ਇਹ ਸੋਚੋ ਕਿ ਇਹ ਚੀਜ਼ ਸਾਨੂੰ ਸੈਟੀਸਫੈਕਸ਼ਨ ਦਿੰਦੀ ਆ ਤਾਂ ਲੈਣਾ ਵਾ ਹਨਾ ਕਿ ਇਹ ਨਾ ਹੋਵੇ ਕਿ ਤੁਸੀਂ ਰੋਲੈਕਸ ਲੈ ਲਈ ਆ 10000 ਦੀ ਪਰ ਅਸਲ ਦੇ ਵਿੱਚ ਤੁਸੀਂ ਤਾਂ ਲਈ ਆ ਤਾਂ ਕਿ ਲੋਕਾਂ ਨੂੰ ਪਤਾ ਲੱਗ ਸਕੇ ਕਿ ਮੇਰੇ ਕੋਲ ਰੋਲੈਕਸ ਹੈ ਕੀ ਆ ਇਹ ਚੀਜ਼ਾਂ ਜਿੱਦਨ ਤੁਸੀਂ ਜਾਂ ਆਪਾਂ ਡ੍ਰੌਪ ਕਰ ਦਿੰਨੇ ਆ ਉਹ ਦਿਨ ਲਾਈਫ ਦਾ ਮੀਨਿੰਗ ਹੀ ਵੱਖਰਾ ਹੋ ਜਾਂਦਾ ਵਾ ਕਿਉਂਕਿ ਕੋਈ ਵੀ ਕੀ ਹੁਣ ਹੁੰਦੇ ਜਿਹੜਾ ਹੁਣ ਬੰਦਾ ਬਾਹਰ ਆ ਉਹ ਆਫ ਕੋਰਸ ਨਾ ਜਿੰਨਾ ਤੁਸੀਂ ਕੰਮ ਕਰਦੇ ਜੇ ਕਿੰਨਾ ਹਾਰਡ ਵਰਕ ਕਰਦੇ ਆਪਾਂ ਇੱਥੇ ਆ ਕੇ ਤੇ ਉਹਨੂੰ ਆਪਾਂ ਵੇਸਟ ਨਾ ਕਰੀਏ ਇੱਕ ਇਹਦੇ ਬਾਰੇ ਮੈਂ ਇੱਕ ਵੱਖਰੇ ਪੋਡਕਾਸਟ ਗੱਲ ਕਰ ਦੂੰਗਾ ਫਾਈਨੈਂਸ਼ੀਅਲ ਫਰੀडम ਕਿਆ ਲੋ ਜਾਂ ਫਾਈਨੈਂਸ਼ੀਅਲ ਲਿਟਰੇਸੀ ਹੁੰਦੀ ਜਿਹੜੀ ਇੱਕ ਵੱਖਰੀ ਚੀਜ਼ ਆ ਉਹ ਨੂੰ ਨਹੀਂ ਸਿਖਾਈ ਜਾਂਦੀ ਨਾ ਸਕੂਲ 'ਚ ਇਹ ਲਾਈਫ ਦੇ ਵਿੱਚ ਆਪ ਵੀ ਸਿੱਖਣੀ ਪੈਂਦੀ ਆ ਵਾਪਸ ਚਲਦੇ ਆ ਕਿ ਮੇਰੀ ਗ੍ਰੈਜੂਏਸ਼ਨ ਹੋ ਗਈ 2018 ਦੇ ਵਿੱਚ ਪੁਲਿਸ ਦੀ ਜੌਬ ਬਹੁਤ ਜਿਆਦੀ ਵਧੀਆ ਵਾ ਜਿਹੜੇ ਜਿਹੜੇ ਮੁੰਡੇ ਭੈਣ ਭਰਾ ਜਿਹੜੇ ਵੀ ਕਰਨਾ ਚਾਹੁੰਦੇ ਨਿਊਜ਼ੀਲੈਂਡ ਦੇ ਵਿੱਚ ਬਹੁਤ ਵਧੀਆ ਜੌਬ ਆ ਕੋਸ਼ਿਸ਼ ਕਰੋ ਜੇ ਤੁਸੀਂ ਇੰਟਰਸਟਿਡ ਆ ਹਨਾ ਕਮਿਟਿਡ ਰੋ ਡਿਸਪਲਿਨਡ ਰੋ ਕੰਸਿਸਟੈਂਟ ਰੋ ਆਈਸਬਰਗ ਹੁੰਦਾ ਵਾ ਸਮੁੰਦਰ ਦੇ ਵਿੱਚ ਉਹ ਸਾਨੂੰ ਬਿਲਕੁਲ ਉਪਰੋਂ ਹੀ ਦੇਖਦਾ ਵਾ ਚਾਰ ਕੁਆਟਰ ਹੁੰਦੇ ਆ ਤੇ ਜਿਹੜਾ ਉਹਦਾ ਇੱਕ ਕੁਆਟਰ ਹੁੰਦਾ ਉਹ ਪਾਣੀ ਦੇ ਉੱਤੇ ਹੁੰਦਾ ਜਿਹੜਾ ਤਿੰਨ ਕੁਆਟਰ ਹੁੰਦੇ ਉਹ ਪਾਣੀ ਦੇ ਥੱਲੇ ਹੁੰਦੇ ਆ ਤੇ ਜਿਹੜਾ ਇਹ ਸਿੰਪਲੀ ਐਕਸਪਲੇਨ ਕੀਤੀ ਗਈ ਹੈ ਉਹ ਫੋਟੋ ਕਿ ਜਿਹੜਾ ਉੱਤੇ ਤਰਦਾ ਦੇਖ ਰਿਹਾ ਸਾਨੂੰ ਉਹ ਹਮੇਸ਼ਾ ਇਨਸਾਨ ਦੀ ਸਕਸੈਸ ਕਹ ਲੋ ਜਾਂ ਜੋ ਕੋ ਜੁਨੇ ਅਚੀਵ ਕਰ ਲਿਆ ਵਾ ਉਹ ਆ ਪਾਣੀ ਦੇ ਥੱਲੇ ਜਿਹੜੇ ਤਿੰਨ ਕੁਆਟਰ ਤਿੰਨ ਹਿੱਸੇ ਕਹ ਲੋ ਹਨ ਸਭ ਕੁਝ ਅਸਲ ਚ ਉਹਥੇ ਲੋਕ ਆਇਆ ਵਾ ਤੇ ਉਹ ਨੇਕੇਡ ਆਈ ਨੂੰ ਕਹ ਲੋ ਜਾਂ ਇਨਸਾਨ ਨੂੰ ਨਹੀਂ ਦੇਖਦਾ ਦੂਜੇ ਜਿਹੜੇ ਥਰਡ ਪਰਸਨ ਹੁੰਦਾ ਵਾ ਉਹਨੂੰ ਉਹਨੂੰ ਨਹੀਂ ਦਿਸਦਾ ਜਿਹੜਾ ਪਾਣੀ ਦੇ ਥੱਲੇ ਆ ਸਭ ਕੁਝ ਉਹ ਤੁਹਾਡਾ ਹੁੰਦਾ ਹਾਰਡਵਰਕ ਉਹ ਹੁੰਦੀ ਤੁਹਾਡੀ ਕੰਸਿਸਟੈਂਸੀ ਉਹ ਹੁੰਦਾ ਤੁਹਾਡਾ ਡਿਸਪਲਨ ਉਹਨਾਂ ਚੁਆਇਸ ਜਿਹੜੀਆਂ ਤੁਸੀਂ ਡਿਸੀਜਨ ਲੈ ਹੁੰਦੇ ਆ ਉਹ ਹੁੰਦਾ ਕਿ ਤੁਹਾਡੀ ਮਾਨ ਦੀ ਸਟਰੈਂਥ ਉਹ ਹੁੰਦਾ ਕਿ ਤੁਸੀਂ ਕਿੱਥੋਂ ਉੱਠੇ ਆ ਉਹ ਹੁੰਦਾ ਕਿ ਤੁਸੀਂ ਕਿੰਨਾ ਹਾਲਾਤਾਂ ਨੂੰ ਫੇਸ ਕੀਤਾ ਜਦੋਂ ਤੁਸੀਂ 5 6 7 8 9 ਸਾਲਾਂ ਦੇ ਸੀਗੇ ਲੱਕ ਚ ਠੀਕ ਆ ਬਲੀਵ ਕਰਨਾ ਚਾਹੀਦਾ ਲੱਕ ਚ ਹੁਣ ਮੈਂ ਕਹਿ ਦੂੰਗਾ ਕਿ ਪਰ ਲੱਕ ਕੱਲਾ ਵੀ ਨਹੀਂ ਚੱਲਦਾ ਲੱਕ ਆ ਜਿਹੜਾ ਉਹ ਉਦੋਂ ਹੀ ਵਧੀਆ ਲੱਗਦਾ ਜਦੋਂ ਆਫ ਕੋਰਸ ਸਭ ਕੁਝ ਪਲੇਅ ਅੱਡ ਚ ਪ੍ਰੋਸੈਸ ਆ ਮਿਲ ਜਾਂਦਾ ਬਾਅਦ ਉਹ ਉਦੋਂ ਹੀ ਮਿਲਦਾ ਜਦੋਂ ਤੁਸੀਂ ਹਾਰਡਵਰਕ ਕਰਦੇ ਆ ਇਹ ਨਹੀਂ ਹੁੰਦਾ ਕਿ ਜੇ ਲੱਕ ਲੱਕ ਕਹਿਣਾ ਚਾਹੋ ਤੇ ਉਹ ਹੁੰਦਾ ਜਨਰੇਸ਼ਨਲ ਵੈਲਥ ਜੇ ਤੁਸੀਂ ਉਹਦੀ ਗੱਲ ਕਰਦੇ ਜੀ ਉਹਨੂੰ ਮੈਂ ਕਹਿ ਸਕਦਾ ਕਿ ਹਾਂ ਹੁਣ ਜਿਹੜਾ ਮੇਰਾ ਗਾੜੀ ਗ੍ਰੈਂਡਕਿਡਸ ਹੋਣਗੇ ਉਹਨਾਂ ਨੂੰ ਤੁਸੀਂ ਕਹਿ ਲਿਓ ਲੱਕੀ ਪਰ ਉਹਨਾਂ ਦਾ ਦਾਦਾ ਲੱਕੀ ਨਹੀਂ ਆਫ ਕੋਰਸ ਮੈਂ ਚਾਹਨਾ ਵਾਂ ਕਿ ਜਿਹੜੇ ਮੇਰੇ ਵਰਗੇ ਮੇਰੇ ਭੈਣ ਭਰਾ ਹੈਗੇ ਮੈਂ ਉਹਨਾਂ ਦੀ ਹੈਲਪ ਕਰ ਸਕਾਂ ਕਿਉਂਕਿ ਐਂਡ ਆਫ ਦਾ ਡੇ ਆਪਣੀ ਕਮਿਊਨਿਟੀ ਆ ਉਹਦੇ ਵਿੱਚ ਬੜੀਆਂ ਚੀਜ਼ਾਂ ਮਿਸਿੰਗ ਆ ਕਿਉਂਕਿ ਮੇਰ ਤੋਂ ਕੀ ਗਿੰਦੇ ਆ ਮੈਂ ਹੈਗਾ 28 ਸਾਲਾਂ ਦਾ ਆਂ ਯਾ ਆਫ ਕੌਰਸ ਆ ਨਾ ਮੇਰ ਤੋਂ ਵੱਡੇ ਲੋਕ ਵੀ ਬੈਠੇ ਮੇਰ ਤੋਂ ਪੜੇ ਸਿਆਣੇ ਲੋਕ ਵੀ ਬੈਠੇ ਆ ਪਰ ਇਹ ਚੀਜ਼ਾਂ ਮੈਂ ਚਾਹਨਾ ਕਿ ਬਾਹਰ ਲੈ ਆਈਆਂ ਜਾਣ ਤਾਂਕਿ ਜਿਹੜੇ ਮੇਰ ਤੋਂ ਸਿਆਣੇ ਬੈਠੇ ਉਹ ਵੀ ਇਹ ਚੀਜ਼ ਸੁਣ ਕੇ ਕਹਿਣ ਕਿ ਹਾਂ ਅਸੀਂ ਇਹਦੇ ਬਾਰੇ ਸੋਚਿਆ ਹੈ ਪਰ ਕਦੀ ਗੱਲ ਨਹੀਂ ਕੀਤੀ ਤੇ ਜਿਹੜੇ ਮੇਰੇ ਤੋਂ ਬਾਅਦ ਆਏ ਉਹ ਵੀ ਭਾਵੇਂ ਮੇਰੇ ਤੋਂ ਸਿਆਣਾ ਹੀ ਆ ਪਰ ਉਹਨਾਂ ਨੂੰ ਵੀ ਇੱਕ ਵਾਰੀ ਉਹਨਾਂ ਦੇ ਵੀ ਕੰਨੋ ਜਿਹੜੇ ਹੁਣ 20 21 21 ਸਾਲਾਂ ਦੇ ਮੁੰਡੇ ਜਾਂ ਕੁੜੀਆਂ ਆ ਮੈਂ ਚਾਹਨਾ ਹੈ ਕਿ ਜੋ ਮੈਂ ਦੱਸ ਰਿਹਾ ਹਾਂ ਹੁਣ ਇਹ ਜੇ ਮੈਨੂੰ ਉਦੋਂ ਪਤਾ ਹੁੰਦਾ ਤੇ ਆਫ ਕੋਰਸ ਕਿ ਇਹਨੂੰ ਹੁੰਦੇ ਜਿਹੜਾ ਲਰਨਿੰਗ ਲਰਨਿੰਗ ਕਰਵ ਹੁੰਦਾ ਵਾ ਉਹ ਹਰ ਇੱਕ ਲਰਨਿੰਗ ਕਰਵ ਨੂੰ ਟਾਈਮ ਲੱਗਦਾ ਵਾ ਤੇ ਮੈਨੂੰ ਇਹ ਇਹ ਜ਼ਰੂਰ ਪਤਾ ਆ ਆਪਣੀ ਲਾਈਫ ਦੇ ਪ੍ਰੈਕਟੀਕਲ ਤੋਂ ਕਹ ਲਓ ਜਾਂ ਆਪਣੇ ਲਾਈਫ ਐਕਸਪੀਰੀਅੰਸ ਤੋਂ ਕਹ ਲਓ ਕਿ ਜਦੋਂ ਤੁਹਾਡਾ ਕੋਈ ਮੈਂਟਰ ਹੋਂਦਾ ਨਾ ਜਿਹੜਾ ਤੁਹਾਨੂੰ ਵਿਚਲੀਆਂ ਗੱਲਾਂ ਦੱਸ ਦੇ ਜਿਹੜਾ ਤੁਹਾਡਾ ਲਰਨਿੰਗ ਕਰਵ ਦਾ ਸਮਾਂ ਹੁੰਦਾ ਨਾ ਜੇ ਉਹ 5 ਸਾਲ ਹੈ ਉਹ 3 ਸਾਲ ਹੋ ਜਾਊਗਾ ਕਿਉਂਕਿ ਤੁਸੀਂ ਉਹ ਗਲਤੀਆਂ ਨਹੀਂ ਕਰੋਗੇ ਜਿਹੜੇ ਜਿਹੜਾ ਤੁਹਾਡੇ ਮੈਂਟਰ ਨੇ ਕੀਤੀਆਂ ਹੋਈਆਂ ਆਲਰੇਡੀ ਉਹ ਇੱਕ ਮੈਂ ਕੋਟ ਵੀ ਸੁਣਿਆ ਸੀ ਤੁਸੀਂ ਵੀ ਸ਼ਾਇਦ ਸੁਣਿਆ ਹੋਵੇ ਕਿ ਸ਼ੋ ਮੀ ਯਰ ਫਰੈਂਡਸ ਐਂਡ ਆਈਲ ਟੈਲ ਯੂ ਹੂ ਯੂ ਆ ਆਪਣੇ ਮੈਨੂੰ ਦੋਸਤ ਵਿਖਾਓ ਤੇ ਮੈਂ ਤੇਰੇ ਦੋਸਤ ਜਿਹੜੇ ਚਾਹ ਰਿਹਾ ਉਹਨਾਂ ਨੂੰ ਵੇਖ ਕੇ ਦੱਸ ਦਊਗਾ ਕਿ ਤੇਰੀ ਕਿੱਦਾਂ ਦੀ ਪਰਸਨੈਲਿਟੀ ਆ ਤੋ ਕਿ ਇਹੋ ਜੇ ਲੋਕਾਂ ਨਾਲ ਹੈਂਗਆਊਟ ਕਰਦਾ ਵਾ ਉਹ ਪੜੀ ਮੱਝ ਤੇਰਾ ਇਹ ਹੀ ਡਿਪਿਕਸ਼ਨ ਆ ਤੇ ਮੈਂ ਵਾਪਸ ਜਾਣਾ ਚਾਹੁੰਦਾ ਮੈਨੂੰ ਕਾਫੀ ਲੋਕ ਪੁੱਛਦੇ ਆ ਕਿ ਤਸੀਂ ਹੱਸਦੇ ਕਿਉਂ ਨਹੀਂ ਨਾ ਸਭ ਕੁਝ ਸਮੂਥ ਚੱਲ ਰਿਹਾ ਸੀ ਨਾ 2018 ਤੋਂ ਲੈ ਕੇ ਸਭ ਵਧੀਆ ਸੀਗਾ ਮੰਮੀ ਇੰਡੀਆ ਸੀਗੀ ਤੇ 2019 ਚ ਆਫਕੋਰਸ ਸਾਰਿਆਂ ਨੂੰ ਪਤਾ ਕੋਵਿਡ ਹੋਇਆ ਤੇ ਲਾਸਟ ਈਅਰ ਅਕਟੋਬਰ ਦੇ ਵਿੱਚ ਮੈਂ ਆਪਣੇ ਰਿਲੇਸ਼ਨਸ਼ਿਪ ਬਾਰੇ ਗੱਲ ਨਹੀਂ ਕੀਤੀ ਕਿ ਮੇਰੀ 2000 ਤਾਰਾਂ ਦੇ ਐਂਡ ਜਦੋਂ ਲੈ ਕੇ ਤੱਕ ਤੇ 2020 ਅਗਸਟ ਸੈਪਟੈਂਬਰ ਦੇ బిਗਨਿੰਗ ਤੱਕ ਮੇਰਾ ਰਿਲੇਸ਼ਨਸ਼ਿਪ ਸੀਗਾ ਉਹ ਵੀ ਆਫ ਕੋਰਸ ਅਨਾਹਾਰੇ ਗ ਰਿਲੇਸ਼ਨਸ਼ਿਪ ਵਧੀਆ ਸਟਾਰਟ ਹੋਣਾ ਫਿਰ ਥੋੜਾ ਮੈਂ ਚੋਣਾ ਕਿ ਆਪਣੇ بزਨਸ ਤੇ ਕਨਸੈਂਟਰੇਟ ਕਰਾਂ ਫਿਰ ਥੋੜਾ ਆਰਗੂਮੈਂਟਸ ਇਹ ਉਹ ਹਨਾ ਐਸ ਨੋਰਮਲ ਲਾਈਫ ਆ ਹਨਾ ਦੋ ਪਰਸਨੈਲਿਟੀਜ਼ ਆ ਵੱਖਰੀਆਂ ਵੱਖਰੀਆਂ ਆਫ ਕੋਰਸ ਆਰਗੂਮੈਂਟਸ ਹੋਣਗੇ ਹਨਾ ਫਿਰ ਮੈਂ ਸੋਚਿਆ ਕਿ ਐ ਸਾਇਨੀਆ ਬਾਚ ਮੋਸਟਲੀ ਮੈਂ ਡਿਸਾਈਡ ਕੀਤਾ ਕਿ ਨਹੀਂ ਇਹ ਸੌਤਰ ਨਹੀਂ ਆ ਰਿਹਾ ਕੰਮ ਤੇ ਮੈਂ ਬ੍ਰੇਕਅਪ ਕਰ ਲਿਆ ਆਪਣੀ ਗਰਲਫ੍ਰੈਂਡ ਦੇ ਨਾਲ ਤਿੰਨਕ ਵੀਕ ਹੋਏ ਤੇ ਮੰਮੀ ਦੀ ਸਿਹਤ ਬੜੀ ਖਰਾਬ ਹੋ ਗਈ ਇੰਡੀਆ ਸੇ ਗਈ ਤੇ ਕੋਵਿਡ ਚੱਲ ਰਿਹਾ ਸੀ ਦੋਆਂ ਗਿਨਾਂ ਬਾਅਦ ਮੰਮੀ ਦੀ ਡੈਥ ਹੋ ਗਈ ਆਫਕੋਰਸ ਹਨਾ ਹੁਣ ਇੱਕ ਇਨਸਾਨ ਨੇ ਜਿਹਨੇ ਨੇ ਆਪਣੀ ਜ਼ਿੰਦਗੀ ਜਿਹੜੀ ਕਹ ਲਓ ਕਿ ਸਭ ਕੁਝ ਆਪਣੀ ਮਾਂ ਦੇ ਵਾਸਤੇ ਕੀਤਾ ਹੋਵੇ ਤੇ ਉਹ انسان ਫਿਜ਼ੀਕਲੀ ਨਾ ਰਵੇ ਇਸ ਦੁਨੀਆ ਤੇ ਤੇ ਉਹ انسان ਤੇ ਹੁਣ ਜਿਹੜੀ ਮੈਂ ਤੁਹਾਡੇ ਨਾਲ ਪੂਰੀ ਆਪਣੀ ਕਹਾਣੀ ਸ਼ੇਅਰ ਕੀਤੀ ਆ ਉਹਦੇ ਵਿੱਚ ਤੁਹਾਨੂੰ ਪਤਾ ਕਿ ਮੈਂ ਆਪਣੀ ਮਾਂ ਨੂੰ ਕਿੱਥੇ ਰੱਖਦਾ ਆਪਣੀ ਜ਼ਿੰਦਗੀ ਦੇ ਵਿੱਚ ਤੇ ਜੇ ਉਹ ਉਸ ਬੱਚੇ ਦੀ ਮਾਂ ਹੀ ਨਾ ਰਵੇ ਜ਼ਿੰਦਗੀ 'ਚ ਤੇ ਉਹਦਾ ਮੈਨੂੰ ਦੱਸੋ ਕਿ ਉਹਨੂੰ ਕਿੱਦਾਂ ਦਾ ਫੀਲ ਹੋਊਗਾ ਉਹਦਾ ਕੀ ਹਾਲ ਹੋਊਗਾ ਹਨਾ ਪਰ ਮੈਨੂੰ ਪਤਾ ਵਾ ਕਿ ਫਿਜ਼ੀਕਲੀ ਉਹ ਨਹੀਂ ਇੱਥੇ ਪਰ ਸਪਿਰਚੂਅਲੀ ਹਨਾ ਉਹ ਰੋਜ਼ ਮੈਨੂੰ ਵੇਂਦੀ ਆ ਕਿ ਮੇਰਾ ਪੁੱਤ ਜੋ ਕੰਡਿਆ ਵਾ ਮੈਨੂੰ ਅੱਗੇ ਰੱਖ ਕੇ ਕੰਡਿਆ ਵਾ ਮੈਂ ਹਮੇਸ਼ਾ ਹਮੇਸ਼ਾ ਹੀ ਆਪਣੀ ਲਾਈਫ ਦੇ ਵਿੱਚ ਜੋ ਵੀ ਕਰੂੰਗਾ ਜਾਂ ਜੋ ਵੀ ਕੀਤਾ ਮੈਂ ਆਪਣੀ ਮਾਂ ਦੇ ਲਈ ਕੀਤਾ ਵਾ ਤੇ ਉਹਦੇ ਲਈ ਹੀ ਕਰੂੰਗਾ ਤੇ ਹਰ ਰੋਜ਼ ਮੋਟੀਵੇਸ਼ਨ ਦੀ ਗੱਲ ਆ ਕਿ ਮੋਟੀਵੇਸ਼ਨ ਕਿੱਥੋਂ ਹੁੰਦੀ ਜੀ ਮੋਟੀਵੇਸ਼ਨ ਕਿੱਥੋਂ ਹੁੰਦੀ ਜੀ ਤਿੰਨ ਚਾਰ ਚੀਜ਼ਾਂ ਜਿਹੜੀਆਂ ਮੈਂ ਦੱਸੀਆਂ ਹੋਈਆਂ ਆਲਰੇਡੀ ਤੇ ਉਤੋਂ ਕਦੀ ਵੀ ਮੈਂ ਆਪਣੀ ਮਾਂ ਨੂੰ ਲੈਡਾਉਂ ਨਹੀਂ ਹੋਣ ਦਊਂਗਾ ਜਿਹੜਾ ਮੈਂ ਇੱਕ ਵਾਰੀ ਆਪਣੇ ਨਵਾਦਾ ਕਰ ਲੈਣਾ ਵਾ ਉਹ ਮੈਂ ਪੂਰਾ ਕਰਦਾ ਹੀ ਆ ਕਿਉਂਕਿ ਮੈਨੂੰ ਪਤਾ ਵਾ ਕਿ ਮੈਂ ਆਪਣੀ ਮਾਂ ਦੇ ਗਾੜੀ ਕਦੀ ਝੂਠਾ ਨਹੀਂ ਪੈਣਾ ਚਾਹੁੰਦਾ ਤੇ ਨਾ ਹੀ ਪਾਉਂਗਾ ਜੋ ਜੋ ਮੈਂ ਕਰਦਾ ਆ ਜਾਂ ਜੋ ਮੇਰਾ ਕੰਮ ਆ ਜੋ 24 ਘੰਟੇ ਜੋ ਮੈਂ ਹੈਗਾ ਵਾ ਉਹ ਉਹੀ ਆ ਜਿਹੜੀ ਮੈਨੂੰ ਹਨਾ ਤੱਕੇ ਨਾਲ ਕਹਿ ਲੋ ਜਾਂ ਉਹਦੇ ਪਿਆਰ ਸਦਕਾ ਜਾਂ ਉਹਦੀਆਂ ਵੈਲਿਊ ਸਦਕਾ ਮੈਂ ਚੱਲਦਾ ਫਿਰਦਾ ਐਂਡ ਐਂਡ ਆਫ ਦਾ ਡੇ ਤੇ ਗੱਲ ਇੱਥੇ ਮੁੱਕਦੀ ਆ ਕਿ ਜਿਸਨ ਲਈ ਜੋ ਵੀ ਮੈਂ ਕਰਨਾ ਜਾਂ ਜੋ ਵੀ ਕੀਤਾ ਆ ਉਹ ਉਹਦੇ ਲਈ ਕੀਤਾ ਹੈ ਉਹਦੇ ਲਈ ਕਰੂੰਗਾ ਹੋਰ ਇੱਥੇ ਆ ਕੇ ਗੱਲਾਂ ਹੀ ਮੁੱਕ ਜਾਂਦੀਆਂ ਹਨਾ ਮੈਨੂੰ ਮੇਰੇ ਟੈਟੂਸ ਬਾਰੇ ਪੁੱਛਦੇ ਐ ਲੋਕੀ ਹਨਾ ਕਿਉਂਕਿ ਬੜੇ ਛੋਟੇ ਟੈਟੂਸ ਵਾ ਤੇ ਪਰ ਉਹਨਾਂ ਸਾਰਿਆਂ ਦਾ ਮਤਲਬ ਆ ਜੇ ਤੁਸੀਂ ਮੇਰੀ ਖੱਬੀ ਬਾਹਂ ਤੇ ਵੇਖਿਆ ਹੋਵੇ ਮੈਂ ਲਿਖਿਆ ਆ 17 10 ਉਹ ਡੇਟ ਆ 17 ਅਕਤੂਬਰ ਉਹਦੇ ਨਾਲ ਲਿਖਿਆ ਗੋਡਸ ਵੋ ਕਿ ਰੱਬ ਦੀ ਰਜ਼ਾ ਤੇ ਸਤਾਰਾਂ ਤ੍ਰਿਗ ਅਕਤੂਬਰ ਦੀ 2020 ਉਹ ਦਿਨ ਸੀਗਾ ਜਦੋਂ ਮੈਂ ਆਪਣੀ ਮਾਂ ਨਾਲ ਫੋਨ ਤੇ ਲਾਸਟ ਵਾਰੀ ਗੱਲ ਕੀਤੀ ਸੀ ਤਾਂ ਕਰਕੇ ਉਹ ਉਹ ਮੇਰੀ ਬਾਤੇ ਹਮੇਸ਼ਾ ਰਹੂਗਾ ਹਨਾ ਤੇ ਇਹ ਨਹੀਂ ਮੈਨੂੰ ਉਹਦਾ ਚੇਤਾ ਭੁੱਲ ਜਾਂਦਾ ਪਰ ਇਹ ਆ ਗਈ ਜਦੋਂ ਕਿਤੇ ਇਕੱਲਾ ਬੈਠਾ ਹਾਂ ਉਹਨੂੰ ਹੱਥ ਲਾ ਕੇ ਉਹ ਆਵਾਜ਼ ਸੁਣ ਜਾਂਦੀ ਮੈਨੂੰ ਦੁਬਾਰਾ ਤੇ ਉਹਦੇ ਥੱਲੇ ਰੱਬ ਦੀ ਰਜ਼ਾ ਵਾ ਕੀ ਇਹ ਰੱਬ ਦੀ ਰਜ਼ਾ ਵਾ ਤੇ ਇਹਨੂੰ ਮੰਨਣਾ ਹੀ ਪੈਂਦਾ ਪਾਣਾ ਮੰਨਣਾ ਪੈਂਦਾ ਰੱਬ ਦਾ ਹਨਾ ਆਫ ਕੋਰਸ ਕੋਈ ਇਨਸਾਨ ਹੁੰਦਾ ਜਿਹੜਾ ਆਪਣੇ ਪਿਓ ਨੂੰ ਲੁੱਕ ਅਪ ਕਰਦਾ ਕਿ ਹਾਂ ਮੈਂ ਇਹਦੇ ਵਰਗਾ ਬਣਨਾ ਚਾਹੁੰਦਾ ਪਰ ਮੈਂ ਆਪਣੀ ਸਾਰੀ ਉਮਰ ਜਾਂ ਸਾਰੀ ਜ਼ਿੰਦਗੀ ਹੀ ਆਪਣੀ ਮਾਂ ਨੂੰ ਲੁੱਕ ਅਪ ਕੀਤਾ ਕਿ ਹਾਂ ਮੈਂ ਇਹਦੇ ਇਹਦੀਆਂ ਵੈਲਿਊਜ਼ ਮੇਰੇ ਚ ਰਹਿਣ ਹਨਾ ਤੇ ਮੈਂ ਇਹਨੂੰ ਸੁੱਖ ਦਵਾ ਜਾਂ ਇਹਨੂੰ ਖੁਸ਼ ਰੱਖਾਂ ਜਾਂ ਆਫ ਕੋਰਸ ਹਨਾ ਫਿਜ਼ੀਕਲੀ ਉਹ ਨਹੀਂ ਹੈਗੀ ਮੇਰੇ ਨਾਲ ਕੋਸ਼ਿਸ਼ ਇਹੋ ਹੀ ਆ ਕਿ ਮੈਂ ਐਨੀ ਕਿ ਮੈਂ ਹੱਸਦਾ ਨਹੀਂ ਹਾਂ ਪਰ ਕਈ ਚੀਜ਼ਾਂ ਹਨ ਜਿੱਥੇ ਜੇ ਇਫ ਇਟਸ ਬਿਜ਼ਨਸ ਇਟਸ ਬਿਜ਼ਨਸ ਯੂ نو ਆਈ ਡੋਨ ਨੀਡ ਟੂ ਲਾਫ ਜੇ ਤਾਂ ਤੁਸੀਂ ਮੇਰੇ ক্লোਜ਼ ਸਰਕਲ ਦੇ ਵਿੱਚ ਹੈਗੇ ਜੇ ਹਨ ਮੈਨੂੰ ਚੰਗੀ ਤਰ੍ਹਾਂ ਜਾਣਦੇ ਜੇ ਤੇ ਆਫ ਕੋਰਸ ਮੂਮੈਂਟਸ ਹੋਣਗੀਆਂ ਜਿੱਥੇ ਤੁਸੀਂ ਮੈਨੂੰ ਹੱਸਦਾ ਵੀ ਵੇਖੋਗੇ ਇਹ ਗੱਲ ਨਹੀਂ ਹੈ ਕਿ ਮੈਂ ਹੱਸਦਾ ਨਹੀਂ ਹ ਪਰ ਹੁਣ ਕਈ ਚੀਜ਼ਾਂ ਹਨਾ ਉਹ ਐਜ਼ ਅ ਬਿਜ਼ਨਸ ਹੀ ਮੈਂ ਰੱਖਦਾ ਉਹਨੂੰ ਐਜ਼ ਅ ਬਿਜ਼ਨਸ ਹੀ ਰੱਖੂੰਗਾ ਤੁਹਾਡਾ ਬਿਜ਼ਨਸ ਵਾ ਕੋਚ ਚੀਜ਼ਾਂ ਦਾ ਡੀਪਰਸਨਲ ਲਾਈਫਾ ਕੋਝ ਸਮੇਂ ਲਾਈਵ ਹੋ ਕੇ ਫਿਟਨੈਸ ਬਾਰੇ ਗੱਲਾਂ ਕਰਦਾ ਇਹਦਾ ਮਤਲਬ ਇਹ ਨਹੀਂ ਹੈ ਕਿ ਜਦੋਂ ਮੈਂ ਲਾਈਵ ਨਹੀਂ ਹਾਂਗਾ ਉਹਦੋਂ ਮੈਂ ਫਿਟਨੈਸ ਬਾਰੇ ਹੀ ਗੱਲਾਂ ਕਰ ਰਿਹਾ ਹਾਂ ਆ ਹੌਫਲੀ ਜੋ ਗੋਜਮੀ ਮੈਂ ਦੱਸਿਆ ਆ ਹਨਾ ਇਹ ਮੇਰੀ ਕਹਾਣੀ ਆ ਜੇ ਕਿਸੇ ਨੂੰ ਇਹਦੇ ਵਿੱਚੋਂ ਸਿੱਖਣ ਨੂੰ ਪਤਾ ਨਹੀਂ ਮੈਨੂੰ ਤੁਹਾਨੂੰ ਮਿਲੇ ਨਾ ਮਿਲੇ ਪਰ ਜੇ ਤੁਹਾਨੂੰ ਲੱਗਾ ਕਿ ਤੁਹਾਡੇ ਨਾਲ ਥੋੜੀ ਬਾਲੀ ਸਟੋਰੀ ਰਿਲੇਟ ਹੁੰਦੀ ਆ ਜਾਂ ਜਿਹੜੇ ਜਿਹੜੇ ਮੇਰੇ ਭੈਣ ਭਰਾ ਨਵੇਂ ਵੀ ਬਾਹਰ ਆ ਰਹੇ ਆ ਹਨਾ ਉਹ ਹਮੇਸ਼ਾ ਹੀ ਆਪਣੇ ਕਿਹਨੂੰ ਹੁੰਦੇ ਆ ਮਾਂ ਪਿਓ ਨੂੰ ਜਿਨ੍ਹਾਂ ਦੀ ਜ਼ਿੰਦਗੀ ਚ ਪਿਓ ਹੈਗੇ ਆ ਉਹਨਾਂ ਨੂੰ ਅੱਗੇ ਰੱਖ ਕੇ ਚੱਲੋ ਜਿਹੜੇ ਵੀ ਮੇਰੇ ਵੀਰ ਭਰਾ ਭੈਣਾ ਹਨ ਨਵੀਆਂ-ਨਵੀਆਂ ਬਾਹਰ ਨਵੇਂ-ਨਵੇਂ ਬਾਹਰ ਆਏ ਆ ਮੈਂ ਇਹੋ ਹੀ ਕਹਿਣਾ ਚਾਹੂੰਗਾ ਕਿ ਆਪਣੇ ਗੋਲ ਤੋਂ ਡਿਵੀਏਟ ਨਾ ਹੋਇਓ ਹਨਾ ਜੋ ਤੁਹਾਡੇ ਜੇ ਤੁਹਾਡੀ ਲਾਈਫ 'ਚ ਪਿਓ ਵੀ ਹੈਗਾ ਹਨਾ ਤੇ ਮਾਂ ਵੀ ਹੈਗੀ ਦੋਵਾਂ ਨੂੰ ਦੋਵਾਂ ਨੂੰ ਖੁਸ਼ ਰੱਖੋ ਤੇ ਕੋਸ਼ਿਸ਼ ਕਰੋ ਕਿ ਇੱਕ ਵਾਰ ਘਟ ਨੂੰ ਘਟ ਦੇਨੇ ਭਾਵੇਂ 2 ਮਿੰਟ ਵੀ ਫੋਨ ਲਾ ਲਓ ਉਹਨਾਂ ਨੂੰ ਨਾ ਉਹਨਾਂ ਨੂੰ ਆਪਣੀ ਰਾਜੀ-ਬਾਜੀ ਦੱਸਦਿਆ ਕਰੋ ਕਿਉਂਕਿ ਤਾਈਓ ਮੈਂ ਕਹਿਣਾ ਹੁਣ ਜ਼ਿੰਦਗੀ ਹੈ ਜਿਹੜੀ ਉਹ ਛੋਟੀ ਆ ਹਨਾ ਕੋਝ ਪਤਾ ਨਹੀਂ ਲੱਗਦਾ ਕੀ ਹੋ ਜਾਣਾ ਇੱਥੇ ਸਪੈਸ਼ਲੀ ਹੁਣ ਹਨਾ ਕੋਵਿਡ ਦੇ ਟਾਈਮ ਤੇ ਸਰਕਮਸਟੈਂਸਸ ਜਿਹੜੇ ਬੜੇ ਅਨਪ੍ਰੇਡਿਕਟੇਬਲ ਵਾ ਕੋਸ਼ਿਸ਼ ਕਰੋ ਕਿ ਆਪਣੇ ਲਵਡ ਵਾਂਸ ਦਾ ਧਿਆਨ ਰੱਖੋ ਉਹਨਾਂ ਨਾਲ ਗੱਲ ਕਰ ਲਿਆ ਕਰੋ ਇੱਕ ਅੱਧੀ ਵਾਰ ਦਿਹਾੜੀ ਚ ਨਈ ਰੀਲਸ ਦੂਜੇ ਦਿਨ ਕਰ ਲਿਆ ਹਨਾ ਬੰਦਾ ਜੇ ਤੁਹਾਡਾ ਸੱਜਣ ਮਿੱਤਰ ਹੀ ਜਿੰਨੂੰ ਤੁਸੀਂ ਦਿਲੋਂ ਪਿਆਰ ਕਰਦੇ ਜੇ ਕਦੀ ਵੀ ਗਰੰਟਡ ਨਹੀਂ ਲੈਣਾ ਚਾਹੀਦਾ ਕਿਉਂਕਿ ਅਗੇਨ ਸਭ ਤੋਂ ਸੌਖਾ ਤਰੀਕਾ ਜੇ ਤੁਹਾਨੂੰ ਲਗਦਾ ਵਾ ਕਿ ਤੁਸੀਂ ਕਿਸੇ ਨਾਲ ਨਾਰਾਜ ਜੇ ਜਾਂ ਤੁਹਾਨੂੰ ਕੋਈ ਬੰਦਾ ਗੁੱਸਾ ਚੜਾਉਂਦਾ ਜ਼ਿਆਦਾ ਤੇ ਉਹਨਾਂ ਸਭ ਤੋਂ ਸੌਖਾ ਮੈਂ 30 ਸਕਿੰਟ ਦੇ ਵਿੱਚ ਵਿੱਚ ਦੱਸ ਦਿੰਦਾ ਕਿ ਕਿੱਦਾਂ ਡੀਲ ਕਰਨਾ ਵਾ ਸਭ ਤੋਂ ਸੌਖਾ ਤਰੀਕਾ ਇਹੋ ਹੀ ਆ ਕਿ ਉਹਨੂੰ ਕੁਝ ਵੀ ਬੋਲਣ ਤੋਂ ਪਹਿਲਾਂ ਜੇ ਉਹਨੇ ਤੁਹਾਨੂੰ ਗੁੱਸਾ ਚੜਾਇਆ ਹੋ ਇੱਕ ਵਾਰੀ ਆਪਣੇ ਮਨ 'ਚ ਇਹ ਸੋਚ ਲਿਓ ਕਿ ਇਹ ਆਖਰੀ ਸ਼ਬਦਾ ਇਸ ਤੋਂ ਬਾਅਦ ਤੁਹਾਡੇ ਦੋਵਾਂ ਦਾ ਮਲਾਪ ਨਹੀਂ ਹੋਣਾ ਤੁਹਾਡੇ ਵਰਡਸ ਨਹੀਂ ਐਕਸਚੇਂਜ ਹੋਣੇ ਜਿਹੜੇ ਰਿਸ਼ਤੇ ਆ ਉਹਨਾਂ 'ਚ ਸਪੈਸ਼ਲੀ ਮਾਂ ਪਿਓ ਭੈਣ ਭਰਾ ਤੇ ਜਿਹੜਾ ਤੁਹਾਡਾ ਇੱਕ ਦੋ ਜਾਂ ਤਿੰਨ ਹਨਾ ਕਰੀਬੀ ਦੋਸਤ ਆ ਉਹਨਾਂ ਚ ਉਹਨਾਂ ਚ ਸਮਾਂ ਜਿਹੜਾ ਉਹ ਉਹ ਪੁੱਲ ਜੋਗੀ ਸਮਾਂ ਹੈਗਾ ਆ ਕਿਉਂਕਿ ਸਰਕਮਸਟੈਂਸਸ ਕਦੀ ਵੀ ਚੇਂਜ ਹੋ ਸਕਦੇ ਆ ਇਸ ਲਈ ਹਮੇਸ਼ਾ ਇਦਾਂ ਟ੍ਰੇਡ ਕਰੋ ਇਹਨਾਂ ਰਿਸ਼ਤਿਆਂ ਨੂੰ ਕਿ ਆ ਮੈਂ ਆਖਰੀ ਵਾਰ ਹੀ ਗੱਲ ਕਰਨ ਲੱਗਾ ਵਾਂ ਤੇ ਸਾਰਿਆਂ ਨੂੰ ਮੈਂ ਇਹੋ ਕਹਿਣਾ ਚਾਹੂੰਗਾ ਆ ਆਫਕੋਰਸ ਪਹਿਲਾ ਐਪੀਸੋਡ ਸੀਗਾ ਹਨਾ ਇਹ ਮੋਸਟਲੀ ਮੇਰੀ ਕਹਾਣੀ ਆ ਮੇਰੀ ਲਾਈਫ ਆ ਕਿ ਮੈਂ ਇੱਥੇ ਤੱਕ ਜਿੱਥੇ ਵੀ ਮੈਂ ਅੱਜ ਬੈਠਾ ਹਾਂ ਆਪਣੇ ਆਫਿਸ ਦੇ ਵਿੱਚ ਬੈਠਾ ਹਾਂ ਅੱਜ ਜੇ ਸੋਚਿਆ ਜਾਵੇ ਤੇ ਕਹਾਣੀ ਕਾਫੀ ਲੰਬੀ ਏ ਤੇ ਮੈਂ ਇਹ ਚਾਹਨਾ ਕਿ ਜੇ ਕਿਸੇ ਨੂੰ ਕੁਝ ਸਿੱਖਣ ਨੂੰ ਮਿਲੇ ਜਾਂ ਇਹ ਸੋਚ ਲਿਓ ਕਿ ਜੇ ਤੁਹਾਨੂੰ ਮੋਟੀਵੇਸ਼ਨ ਚਾਹੀਦੀ ਏ ਤੁਹਾਨੂੰ ਇਹ ਸੋਚਣਾ ਪੈਣਾ ਤੁਸੀਂ ਜੋ ਵੀ ਕਰ ਰਹੇ ਹੋ ਕਿਦੇ ਲਈ ਕਰ ਰਹੇ ਜੇ ਕਿਉਂਕਿ ਕਦੀ ਕਦੀ ਆਪਣੇ ਲਈ ਕਰਨਾ ਨਫ ਨਹੀਂ ਹੁੰਦਾ ਤੁਹਾਨੂੰ ਉਹ ਬੰਦਾ ਲੱਭਣਾ ਪੈਣਾ ਉਹ ਇਨਸਾਨ ਲੱਭਣਾ ਪੈਣਾ ਜਿੰਨੇ ਤੁਹਾਨੂੰ ਖੜਾ ਕਰਕੇ ਇੱਥੇ ਤੱਕ ਭੇਜਿਆ ਜਾਂ ਇੱਥੇ ਤੱਕ ਡਾਵਾ ਡਾਕੀਤਾ ਉਹ ਇਨਸਾਨ ਲੱਭਣਾ ਪੈਣਾ ਤੁਹਾਨੂੰ ਕਿ ਤੁਸੀਂ ਕੀ ਦੇ ਲਈ ਐਸਾ ਕੁਝ ਕਰਨਾ ਆ ਤੇ ਹੋਪਫੁਲੀ ਤੁਹਾਨੂੰ ਰੱਬ ਬਹੁਤੀਆਂ ਬਹੁਤੀਆਂ ਤਰੱਕੀਆਂ ਦਵੇ ਹੈਲਥ ਦਵੇ ਹਨਾ ਵੈਲਥ ਦਵੇ ਅਬੰਡੈਂਸ ਹੋਵੇ ਤੁਹਾਡੀ ਲਾਈਫ ਚ ਹਰ ਇੱਕ ਚੀਜ਼ ਦੀ ਜਿੰਨੇ ਜਿੰਨੇ ਆਫ ਕੋਰਸ ਸੁਣਿਆ ਤੇ ਜਿਨ੍ਹਾਂ ਨੇ ਨਹੀਂ ਵੀ ਸੁਣਿਆ ਮੈਂ ਉਹਨਾਂ ਨੂੰ ਵੀ ਚਾਹੁੰਨਾ ਕਿ ਰੱਬ ਸਾਰੀਆਂ ਖੁਸ਼ੀਆਂ ਦਵੇ ਤੇ ਸਾਰਿਆਂ ਦੀਆਂ ਮਾਮਾਂ ਜਿਹੜੀਆਂ ਵਸਦੀਆਂ ਰਹਿਣ ਮੈਨੂੰ ਕੋਈ ਵੀ ਮੇਰਾ ਭੈਣ ਭਰਾ ਜਿਹੜਾ ਗੱਲ ਸ਼ੇਅਰ ਕਰਨਾ ਚਾਹੁੰਦਾ ਹਨਾ ਮੇਰੇ ਡੀਐਮ ਓਪਨ ਹੈ Instagram ਤੇ Instagram ਤੇ ਮੇਰਾ ਹੈਂਡਲ DAZSIDHU-SIDHU ਮੈਸੇਜ ਕਰ ਦਿਓ ਜੇ ਤੁਹਾਨੂੰ ਲੱਗਾ ਕਿ ਤੁਹਾਡੇ ਨਾਲ ਕੋਈ ਵੀ ਗੱਲ ਰਿਲੇਟ ਹੋਈ ਤੁਸੀਂ ਹਨ ਕਿਉਂਕਿ ਤੁਸੀਂ ਆਪਣੇ ਜਿਹੜਾ ਮੈਂਟਲ ਹੈਲਥ ਆਨੂੰ ਆਪਾਂ ਬਿਲਕੁਲ ਤਵੱਜੋ ਨਹੀਂ ਦਿੰਦੇ ਜੇ ਤੁਹਾਨੂੰ ਲੱਗਦਾ ਕਿ ਮੇਰੇ ਨਾਲ 5 ਮਿੰਟ ਗੱਲ ਕਰਕੇ ਤਾਡੀ ਲਾਈਫ ਦੀ ਕੋਈ ਪ੍ਰੋਬਲਮ ਸੌਲਡ ਹੁੰਦੀ ਆ ਆ ਮੋਰ ਦਨ ਹੈਪੀ ਕਿ ਮੈਂ ਤੁਹਾਡੇ ਨਾਲ 5 ਮਿੰਟ ਗੱਲ ਕਰ ਸਕਦਾ ਹਾਂ ਮੈਂ ਇਹਦੇ ਕੋਈ ਪੈਸੇ ਨਹੀਂ ਚਾਰਜ ਕਰਨੇ ਕਿ ਤੁਸੀਂ ਮੈਨੂੰ 5 ਮਿੰਟ ਫੋਨ ਲਾ ਲਿਆ ਤੇ ਮੈਨੂੰ ਪੈਸੇ ਦੇ ਦਿਓ ਇਹਨਾਂ ਚੀਜ਼ਾਂ ਤੋਂ ਆਫ ਕোর্স ਹਨਾ ਬੰਦਾ ਉੱਪਰ ਹੋ ਕੇ ਤਾਂ ਹੀ ਆਫਰ ਕਰਦਾ ਵਾ ਇਸ ਲਈ ਜੇ ਤੁਹਾਨੂੰ ਲੱਗੇ ਕਿ ਤੁਹਾਡੀ ਹੀ ਵੀ ਸਿਮਿਲਰ ਸਿਚੁਏਸ਼ਨ ਹੈ ਕਿਤੇ ਲਾਈਫ ਦੇ ਵਿੱਚ ਤੇ ਮੇਰੇ ਨਾਲ ਆਫ ਕোর্স ਜ਼ਰੂਰ ਗੱਲ ਕਰ ਲਿਓ ਆ ਮੋਰ ਦਨ ਹੈਪੀ ਜੇ ਤੁਸੀਂ ਆ YouTube ਤੇ ਸੁਣ ਰਹੇ ਜੇ ਸਬਸਕ੍ਰਾਈਬ ਕਰ ਲਓ ਜੇ Spotify ਤੇ ਸੁਣ ਰਹੇ ਜੇ ਤੇ ਉੱਤੇ ਵੀ ਫੋਲੋ ਕਰ ਲਓ ਕਿਉਂਕਿ ਆਪਾਂ ਵੀਕਲੀ ਇੱਕ ਐਪੀਸੋਡ ਡ੍ਰੌਪ ਕਰਿਆ ਕਰਾਂਗੇ ਤੇ ਭਰ ਸਾਰਿਆਂ ਦੀ ਬਹੁਤ-ਬਹੁਤ ਮਿਹਰਬਾਨੀ ਜਿਨ੍ਹਾਂ ਨੇ ਇੱਥੇ ਤੱਕ ਸੁਣਿਆ ਆ ਕੋਈ ਗੱਲ ਨਹੀਂ ਮੈਨੂੰ ਮੈਸੇਜ ਕਰ ਦਿਓ ਇੰਸਟਾਗ੍ਰam ਤੇ ਤੇ ਆਪਣੇ ਵਿਚਾਰ ਦੱਸਣ ਵਾਸਤੇ ਜਾਂ ਐਵੇਂ ਗੱਲ ਵੀ ਕਰਨੀ ਹੋਵੇ ਕਿ ਹਾਂ ਸਾਡੀ ਲਾਈਫ ਚ ਕੁਝ ਸਿਮਿਲਰ ਸਿਚੁਏਸ਼ਨ ਸੀਗੀ ਤੇ ਹੋਪਫੁਲੀ ਜੇ ਮੈਂ ਤੁਹਾਨੂੰ ਹਨਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਾਲਾ ਸਿਆਣਾ ਕਿ ਤੁਹਾਨੂੰ ਮੈਂ ਪ੍ਰੋਬਲਮਸ ਚ ਕੱਢ ਦੂੰਗਾ ਹਨਾ ਉਹ ਤੇ ਕੀ ਉਹਨੂੰ ਆਂਦੰਦੇ ਰੱਬ ਦੇ ਤੇ ਆਪਣੇ ਹੱਥ ਚਾ ਇਨਸਾਨ ਦੇ ਪਰ ਮੈਂ ਆਫ ਕੋਰਸ ਕਿਉਂ ਨੋ ਆਂਦੇ ਆ ਜੇ ਜਦੋਂ ਮੈਂ 12 ਸਾਲਾਂ ਦਾ ਨਹੀਂ ਜੇ ਜਦੋਂ ਮੇਰਾ ਬਚਪਨ ਜਿਹੜਾ ਮੇਰਾ ਮਿਸ ਹੋਇਆ ਹੋ ਉਹਨੇ ਮੈਨੂੰ ਬਹੁਤ ਜ਼ਿਆਦੀਆਂ ਚੀਜ਼ਾਂ ਸਿਖਾਈਆਂ ਹੋਈਆਂ ਲਾਈਫ ਤੇ ਵੀ ਹੋਫਫਲੀ ਮੈਂ ਤੁਹਾਨੂੰ ਕੁਝ ਐਹੋ ਜੀ ਐਡਵਾਈਸ ਦੇ ਸਕਾਂਗੇ ਜਿਹੜੀ ਹੈ ਹਫੁਲ ਟੂ ਵੇ ਤੇ ਮੈਂ ਮੋਰ ਥੈਨ ਹੈਪੀ ਹਾਂ ਕਿਉਂਕਿ ਉਹਦੇ ਨਾਲ ਮੈਨੂੰ ਖੁਸ਼ੀ ਹੋਊਗੀ ਜੇ ਤੁਹਾਡੀ ਲਾਈਫ ਇਜ਼ੀ ਹੋਣੀ ਮੇਰੀ ਮਾਂ ਨੂੰ ਖੁਸ਼ੀ ਹੋਊਗੀ ਤੇ ਮੈਂ ਉਹ ਚਾਹਨਾ ਵਾਂ ਕੀ ਐਂਡਰ ਦਾ ਡੇ ਜਦੋਂ ਮੇਰੀ ਮਾਂ ਮੈਨੂੰ ਉਤੋਂ ਵੇਂਦੀ ਆ ਰੋਜ਼ ਉਹਨੂੰ ਇਹੋ ਲੱਗੇ ਕਿ ਮੇਰਾ ਪੁੱਤ ਕਿਸੇ ਦੀ ਕਿਸੇ ਦੀ ਹੈਲਪ ਕਰ ਰਿਹਾ ਕਿ ਸੇ ਤਰ੍ਹਾਂ ਪਰ ਥੈਂਕ ਯੂ ਸਾਰਿਆਂ ਦਾ ਬਹੁਤ ਬਹੁਤ ਮਿਹਰਬਾਨੀ ਪੀਸ ਸਾਰਿਆਂ ਨੂੰ ਤੇ ਹੈਪੀਨੈਸ ਮੈਂ ਵਿਸ਼ ਕਰਦਾ ਆ